ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਇਸ ਮੰਚ ਤੇ ਇਸ ਸ਼ੋਅ ਦੇ ਵਿੱਚ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਇਮੀਗ੍ਰੇਸ਼ਨ ਐਕਸਪਰਟ ਵੀਜ਼ਾ ਮਾਹਰ ਨੂੰ ਤੁਹਾਡੇ ਰੂਬਰੂ ਕਰਵਾਨੇ ਆ ਮੁਖਾਤਿਬ ਕਰਵਾਉਂਦੇ ਆ ਅੱਜ ਖਾਸ ਤੌਰ ਤੇ ਅਸੀਂ ਇਨਵਾਈਟ ਕੀਤਾ ਹੋਇਆ ਸਟੂਡੀਓ ਦੇ ਵਿੱਚ ਓਮ ਗਲੋਬਲ ਦੇ ਵੀਜ਼ਾ ਮਾਹਰ ਰਿੱਕੀ ਸੰਧੂ ਹੁਣਾਂ ਨੂੰ ਓਮ ਗਲੋਬਲ ਦੀ ਗੱਲ ਕਰ ਲਈਏ ਤਾਂ ਬਹੁਤ ਪੁਰਾਣੀ ਕੰਪਨੀ ਹੈ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਔਰ ਸਿੱਧੇ-ਸਿੱਧੇ ਰਸਤੇ ਤੇ ਚੱਲ ਕੇ ਇਹ ਵਿਦਿਆਰਥੀਆਂ ਦੀ ਸੇਵਾ ਕਰ ਰਹੀ ਹੈ ਅੱਜ ਗੱਲਬਾਤ ਕਰਾਂਗੇ ਉਹਨਾਂ ਬੱਚਿਆਂ ਬਾਰੇ ਜਿਹੜੇ ਕੈਨੇਡਾ ਸਟੂਡੈਂਟ ਵੀਜ਼ਾ ਤੇ ਬਾਹਰ ਜਾਣਾ ਚਾਹੁੰਦੇ ਆ ਪਿੱਛੇ ਜੇ ਰਿਜ਼ਲਟ ਰਿਫਿਊਜ਼ ਲਾਉਣੀਆਂ ਸ਼ੁਰੂ ਹੋ ਗਈਆਂ ਸੀ ਪਰ ਇੱਕ ਵਾਰ ਫਿਰ ਤੋਂ ਕੈਨੇਡਾ ਨੇ ਹੁਣ ਮੂੜ ਵੀਜ਼ੇ ਦੇਣੇ ਸ਼ੁਰੂ ਕਰਤੇ ਆ ਔਰ ਮਾਰਕੀਟ ਦੇ ਵਿੱਚ ਪਤਾ ਚੱਲ ਜਾਂਦਾ ਜਿਦੋਂ ਵੀਜ਼ੇ ਲੱਗਦੇ ਆ ਅੱਜ ਕੌਣ ਕੌਣ ਬੱਚਾ ਕੈਨੇਡਾ ਪੜ੍ਹਾਈ ਲਈ ਜਾ ਸਕਦਾ ਹੈ ਕੀ ਸ਼ਰਤਾਂ ਰਹਿਣਗੀਆਂ ਕਿੰਨਾ ਕੁ ਖਰਚਾ ਕਰਨਾ ਪਊਗਾ ਕਾਲਜ ਦੀ ਫੀਸਾਂ ਕਿੰਨੀਆਂ ਕਿ ਹੁੰਦੀਆਂ ਬੱਚਾ ਸਰਕਾਰੀ ਕਾਲਜ ਚ ਜਾਵੇ ਕਿ ਪ੍ਰਾਈਵੇਟ ਕਾਲਜ ਚ ਜਾਵੇ ਕਿਹੜੇ ਕੋਰਸ ਤੇ ਜਾਵੇ ਔਰ ਸਭ ਤੋਂ ਅਹਿਮ ਗੱਲ 15 ਕ 20 ਦਿਨ ਪਹਿਲਾਂ ਇਹ ਵੀ ਗੱਲ ਸੁਣਨ ਨੂੰ ਆਈ ਸੀ ਕਿ ਹੁਣ ਕੈਨੇਡਾ ਦੇ ਵਿੱਚ ਵੀ ਸਪਾਊਸ ਦੇ ਨਾਲ ਜਾਇਆ ਜਾ ਸਕਦਾ ਇਹਨੇ तमाम ਗੱਲਾਂ ਤੇ ਚਰਚਾ ਕਰਾਂਗੇ ਅਗਲੇ ਵੀ 25 ਮਿੰਟ ਤੁਹਾਡੇ ਲਈ ਬਹੁਤ ਅਹਿਮ ਹੋਣਗੇ ਜੇਕਰ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਹੋ ਜਾਂ ਆਪ ਜਾਣਾ ਚਾਹੁੰਦੇ ਹੋ ਕਿਸੇ ਵੀਜ਼ੇ ਤੇ ਤਾਂ ਤੁਸੀਂ ਇਹ ਜਾਣਕਾਰੀ ਨੂੰ ਜਿਹੜੀ ਆ ਉਹ ਇਕੱਠਾ ਕਰ ਸਕਦੇ ਹੋ ਜਾਣਕਾਰੀ ਸੁਣ ਸਕਦੇ ਹੋ ਪ੍ਰੋਗਰਾਮ ਦੇ ਦਰਮਿਆਨ ਅਸੀਂ ਇੱਕ ਹੈਲਪਲਾਈਨ ਨੰਬਰ ਵੀ ਦਵਾਂਗੇ ਜਿੱਥੇ ਕਾਲ ਕਰਕੇ ਤੁਸੀਂ ਤਮਾਮ ਜਾਣਕਾਰੀ ਹਾਸਲ ਕਰ ਸਕਦੇ ਹੋ ਜੇਕਰ ਕੋਈ ਸਾਡੇ ਕੋਲ ਗੱਲਬਾਤ ਰਹਿ ਜਾਂਦੀ ਹੈ ਤਾਂ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ ਸਨਸੋ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਨਸੋ ਬਹੁਤ ਵੱਡਾ ਮੰਚ ਹੈ ਔਰ ਬਹੁਤ ਸਾਰੇ ਲੋਕ ਸਾਨੂੰ ਇੱਥੇ ਦੇਖਦੇ ਆ ਔਰ ਅਸੀਂ ਹਰ ਵਾਰ ਕੋਸ਼ਿਸ਼ ਕਰਦੇ ਆ ਕਿ ਸਾਫ਼ ਸੁਥਰੀ ਤੇ ਚੰਗੀ ਜਾਣਕਾਰੀ ਲੋਕਾਂ ਨੂੰ ਪ੍ਰਦਾਨ ਕਰੀਏ ਅੱਜ ਇਸ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਮੈਂ ਜਾਨਣਾ ਚਾਹੁੰਗਾ ਕਿ ਬੱਚਿਆਂ ਦਾ ਰੁਝਾਨ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਵੱਲ ਹੈਗਾ ਕਾਸਟੋਰ ਦੇ ਕੈਨੇਡਾ ਦੀ ਗੱਲ ਕਰ ਲਈ ਤਾਂ ਪਿਛਲੇ ਕਰੀਬ 8-10 ਸਾਲਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਕੈਨੇਡਾ ਬੱਚਾ ਜਾ ਚੁੱਕਾ ਹੈ ਕੀ ਇੰਨਾ ਬੱਚਾ ਜਾਣ ਦੇ ਬਾਵਜੂਦ ਵੀ ਸਾਰੇ ਬੱਚੇ ਚੰਗੀ ਤਰ੍ਹਾਂ ਪੜ੍ਹਦੇ ਪਏ ਉੱਥੇ ਬੱਚਿਆਂ ਨੂੰ ਕੰਮ ਕਾਰ ਮਿਲਦੇ ਪਏ ਆ ਬੱਚੇ ਪੜਾਈਆਂ ਪੂਰੀਆਂ ਕਰਕੇ ਕੀ ਸੈਟਲਮੈਂਟ ਹੋ ਰਹੀ ਸਾਰੇ ਬੱਚਿਆਂ ਦੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਸੀਂ ਮੰਚ ਤੇ ਸੱਦਾ ਦਿੱਤਾ ਦੂਜੀ ਗੱਲ ਇੱਕ ਬੜਾ ਚੰਗਾ ਤੇ ਪੁੰਨ ਦਾ ਕੰਮ ਕਰਦੇ ਪਿਓ ਕੀ ਤੁਸੀਂ ਅਲੱਗ-ਅਲੱਗ ਕੰਸਲਟੈਂਟਸ ਨੂੰ ਬੁਲਾਉਂਦੇ ਹੋ ਕੀ ਸਟੂਡੈਂਟ ਨੂੰ ਉਸ ਚੀਜ਼ ਦੀ ਜਾਣਕਾਰੀ ਮਿਲ ਸਕੇ ਤੇ ਅੱਜ ਕੱਲ ਜੋ ਠੱਗੀ ਹੋ ਰਹੀ ਹੈ ਜਾਂ ਧੋਖਾ ਧੜੀ ਹੁੰਦੀ ਹੈ ਉਹ ਤੋਂ ਬਚਾਇਆ ਜਾ ਸਕੇ ਤੁਹਾਡਾ ਫਰਸਟ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੱਚ ਗੱਲ ਕਰਦੇ ਆਪਾਂ ਕੈਨੇਡਾ ਦੀ ਬੈਕ ਟੂ ਫਿਊ ইয়ারਸ 2011 ਤੋਂ ਮੈਂ ਇੰਡਸਟਰੀ ਦੀ ਸਟਾਰਟਿੰਗ ਕੀਤੀ ਸੀ ਜਦੋਂ ਇਸ ਇੰਡਸਟਰੀ ਦੇ ਵਿੱਚ ਆਇਆ ਸੀਗਾ ਤੇ ਉਦੋਂ 5.5 ਬੈਂਡ ਤੇ ਕੈਨੇਡਾ ਦੀ ਐਪਲੀਕੇਸ਼ਨ ਹੁੰਦੀ ਸੀਗੀ ਟਰੈਂਡ ਚੇਂਜ ਹੋਣਾ ਸ਼ੁਰੂ ਕੀਤਾ 6 ਬੈਂਡ ਆਨੇ ਸ਼ੁਰੂ ਹੋ ਗਏ 6 ਬੈਂਡ ਚੋਂ ਇੱਕ 'ਚ 5.5 ਲੈਣਾ ਸ਼ੁਰੂ ਕਰਤਾ ਅਗੇਨ 6 ਈਚ ਜਦੋਂ ਐਸਜੀਐਸ ਕੈਟਾਗਰੀ ਬਣੀ ਉਦੋਂ ਉਹ ਚੀਜ਼ ਸਟਾਰਟ ਹੋਈ ਬਹੁਤ ਹੱਦ ਤੱਕ ਸਟੂਡੈਂਟ ਗਿਆ ਸੋ ਉਦੋਂ ਕੀ ਚੀਜ਼ ਹੁੰਦੀ ਸੀਗੀ ਕਿ ਜਦੋਂ ਬੱਚੇ ਨੇ ਆਣਾ ਇੱਕ ਜੈਨੂਇਨ ਇੰਟੈਂਸ਼ਨ ਦੇ ਨਾਲ ਨਾ ਪੜਾਈ ਦੇ ਨਾਲ ਆਣਾ ਉਸ ਸਮੇਂ ਤੋਂ ਲੈ ਕੇ ਅੱਜ 2023 ਐ ਸਮਾਂ ਤੇ ਮਾਹੌਲ ਬਹੁਤ ਬਦਲਿਆ ਕਾਫੀ ਬੱਚੇ ਆ ਜਿਨ੍ਹਾਂ ਨੇ ਉੱਥੇ ਪੜ੍ਹਾਈ ਕੀਤੀ ਹੈ ਤੇ ਕਾਫੀ ਵਿਦਿਆਰਥੀ ਇੱਦਾਂ ਦੇ ਜਿਹੜੇ ਉੱਥੇ ਸੈਟਲਮੈਂਟ ਕਰ ਚੁੱਕੇ ਆ ਪੀਆਰ ਹੋ ਚੁੱਕੇ ਆ ਖੁਦ ਵੀ ਜਾ ਚੁੱਕੇ ਆ ਪਰਿਵਾਰ ਵੀ ਵਸਾ ਚੁੱਕੇ ਆ ਤੇ ਆਪਣੇ ਬਾਕੀ ਪੇਰੈਂਟਸ ਨੂੰ ਵੀ ਨਾਲ ਲੈ ਕੇ ਜਾ ਚੁੱਕੇ ਆ ਸੋ ਸਟੱਡੀਜ਼ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹਜੇ ਤੱਕ ਜੀ ਔਰ ਹੁਣ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਅਸੀਂ ਆਲਮੋਸਟ ਮਈ ਜੂਨ ਦੇ ਵਿੱਚ ਦਰਮਿਆਨ ਜਿਹੜਾ ਉਹ ਬੱਚਿਆਂ ਦਾ ਜਿਹੜਾ ਇਕ ਵਾਰ ਫਿਰ ਤੁਰ ਜਾਣ ਸ਼ੁਰੂ ਹੋ ਜਾਂਦਾ ਕਿਉਂਕਿ ਇਗਜ਼ਾਮ ਮੁੱਕ ਜਾਂਦੇ ਆ ਕਈ ਬੱਚਾ ਲੈਟਸ ਵੱਲ ਤੁਰ ਜਾਂਦੇ ਆ ਕਈ ਬੱਚਾ ਜਿਨ੍ਹਾਂ ਨੇ ਲੈਟਸ ਪਹਿਲਾਂ ਕੀਤੀ ਹੁੰਦੀ 12ਵੀਂ ਦੇ ਨਾਲ ਉਹ ਵੀਜ਼ਾ ਅਪਲਾਈ ਕਰਨ ਤੁਰ ਜਾਂਦੇ ਆ ਤੇ ਮੰਨਿਆ ਜਾਂਦਾ ਕਿ ਸਤੰਬਰ ਇਨਟੇਕ ਬਹੁਤ ਵੱਡਾ ਇਨਟੇਕ ਹੁੰਦਾ ਪਰ ਜਿਸ ਤਰ੍ਹਾਂ ਪੰਜਾਬ ਦੇ ਬੱਚਾ ਦਾ ਰੁਝਾਨ ਆ ਬਾਹਰ ਜਾਂਦਾ ਤੇ ਹਰ ਇਨਟੇਕ ਜਿਹੜਾ ਛੋਟਾ ਨਜ਼ਰ ਆਉਂਦਾ ਹੈ ਸਤੰਬਰ ਇਨਟੇਕ ਦੀ ਗੱਲ ਕਰੀਏ ਤੇ ਕਹਿੰਦਾ ਸਤੰਬਰ ਇਨਟੇਕ ਸੀਟਾ ਫੁੱਲ ਹੋ ਗਿਆ ਹੁਣ ਤੁਸੀਂ ਜਨਵਰੀ ਲਈ ਅਪਲਾਈ ਕਰ ਲਓ ਜਨਵਰੀ ਇਨਟੇਕ ਦੀ ਅਪਲਾਈ ਦੀ ਗੱਲ ਕਰਦੇ ਆ ਤੇ ਕਹਿੰਦਾ ਜਨਵਰੀ ਇਨਟੇਕ ਬਹੁਤ ਛੋਟਾ ਹੁੰਦਾ ਤੁਸੀਂ ਮਈ ਇਨਟੇਕ ਅਪਲਾਈ ਕਰ ਲਓ ਮਈ ਇਨਟੇਕ ਦੀ ਗੱਲ ਕਰਦੇ ਕਹਿੰਦਾ ਜੀ ਨਹੀਂ ਸਤੰਬਰ ਬਹੁਤ ਵੱਡਾ ਹੋਊਗਾ ਹਰ ਕਾਲਜ ਹਰ ਕੋਰਸ ਜਿਹੜਾ ਲੈ ਕੇ ਆਊਗਾ ਸੋ ਫਿਲਹਾਲ ਜੇ ਅਸੀਂ ਗੱਲ ਕਰ ਲਈਏ ਤੇ ਕਿਹੜਾ ਇਨਟੇਕ ਮਿਲੂਗਾ ਬੱਚਿਆਂ ਨੂੰ ਕਿੰਨੇ ਕ ਕਾਲਜ ਭਰ ਚੁੱਕੇ ਆ ਕਿੰਨੇ ਕ ਸੀਟਾਂ ਖਾਲੀ ਆ ਜੇਕਰ ਹੁਣ 12ਵੀਂ ਪਾਸ ਬੱਚਾ ਜਾਂ ਕੋਈ ਗ੍ਰੈਜੂਏਟ ਬੱਚਾ ਕੈਨੇਡਾ ਜਾਣਾ ਚਾਹੁੰਦਾ ਦੇਖੋ ਸਮੇਂ ਦੇ ਅਗਰ ਆਪਾਂ ਅਕੋਰਡਿੰਗ ਚੱਲਦੇ ਆ ਪਹਿਲਾਂ ਗੱਲਾਂ ਹੋਰ ਸੀਗੀਆਂ ਹੁਣ ਦੀਆਂ ਗੱਲਾਂ ਹੋਰ ਆ ਹੁਣ ਦੇ ਅਕੋਰਡਿੰਗ ਅਗਰ ਦੇਖੇ ਕਿ ਐਜ਼ 2023 ਦੇ ਵਿੱਚ ਕੈਨੇਡਾ ਆਲਰੇਡੀ ਇੱਕ ਸਾਲ ਐਡਵਾਂਸ ਚੱਲਦਾ ਪਿਆ 43 ਕਾਲਜਿਸ ਨੇ ਜਿਹੜੇ ਸਰਕਾਰੀ ਐ ਇਸ ਤੋਂ ਇਲਾਵਾ ਜੱਬਾ ਪ੍ਰਾਈਵੇਟ ਦੇ ਵਿੱਚ ਆਈਏ ਤੇ 1100 ਸਮਥਿੰਗ ਕਾਲਜਿਸ ਬੰਦੇ ਆ ਜੋ ਕਿ ਕੈਨੇਡਾ ਦੇ ਵਿੱਚ ਨੇ ਸੋ ਕਾਲਜ ਘਟ ਹੋਣ ਦੇ ਕਰਕੇ ਸੀਟਸ ਵੀ ਓਨੀਆਂ ਘੱਟ ਰਹਿੰਦੀਆਂ ਤੇ ਜਿੱਥੇ ਬੱਚਿਆਂ ਦਾ ਰੁਝਾਨ ਹੈ ਪਹਿਲਾਂ ਕੀ ਚੀਜ਼ ਹੁੰਦੀ ਸੀ ਕਿ ਕੋਈ ਕੋਈ ਜਾਂਦਾ ਸੀਗਾ ਬਾਹਰ ਅੱਜ ਕੱਲ ਕਿ ਹਰ ਘਰ ਚੋਂ ਕੋਈ ਨਾ ਕੋਈ ਜਾ ਰਿਹਾ ਸਟੂਡੈਂਟ ਜਿਹੜੇ ਆ ਪਲੱਸ 2 ਇਕੱਠਿਆਂ ਨੇ ਕੀਤੀ ਮੰਨ ਲਓ 20 ਬੱਚਿਆਂ ਨੇ ਕੀਤੀ ਵਿੱਚੋਂ 5 ਚੱਲ ਕੇ ਬਾਕੀ ਆਪਣੇ ਪੇਰੈਂਟਸ ਨੂੰ ਕਹਿੰਦੇ ਜੋ ਪੇਰੈਂਟਸ ਦੀ ਵਰਡਿੰਗ ਵੀ ਹੈ ਕੀ ਫਲਾਣੇ ਫਲਾਣੇ ਦਾ ਬੱਚਾ ਗਿਆ ਜੀ ਮੈਂ ਵੀ ਜਾਣਾ ਸਟੇਟਸ ਸਿੰਬਲ ਬਣ ਗਿਆ ਸੋ ਕਈ ਵਾਰ ਹਾਂ ਸਟੇਟਸ ਸਿੰਬਲ ਹੀ ਦੇਖੋ ਦੇਖੀ ਵੀ ਹੈ ਕਿ ਚਲੋ ਉਹਦਾ ਬੱਚਾ ਗਿਆ ਮੈਂ ਵੀ ਜਾਵਾਂ ਹੁਣ ਚੀਜ਼ ਕੀ ਹੁੰਦੀ ਹੈ ਸਰ ਲਿਮਿਟਿਡ ਕਾਲਜਿਸ ਕਰਕੇ ਸੀਟਸ ਉਨੀਆਂ ਘੱਟ ਰਹਿ ਜਾਂਦੀਆਂ ਹਾਂ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਅਰਾਊਂਡ ਦੀ ਵਰਲਡ ਐਪਲੀਕੇਸ਼ਨਸ ਅਪਲਾਈ ਹੁੰਦੀਆਂ ਸੋ ਲਿਮਿਟਡ ਜੀ ਸੀਡਸ ਕਰਕੇ ਮਈ ਵਾਲਾ ਬੱਚਾ ਸਤੰਬਰ ਚ ਸਵਿਚ ਹੋ ਜਾਂਦਾ ਸਤੰਬਰ ਵਾਲਾ ਬੱਚਾ ਜਨ ਚ ਸਵਿਚ ਹੋ ਜਾਂਦਾ ਜਨ ਵਾਲੇ ਅੱਗੇ ਸਟਾਰਟ ਹੋ ਜਾਂਦੇ ਅੱਜ ਆਪਾਂ ਗੱਲ ਕਰਦੇ ਹਾਂ ਸੋ ਆਲਰੇਡੀ ਜਨਵਰੀ ਇਨਟੇਕ ਕਈ ਕਾਲਜਿਸ ਨੇ ਸਟਾਰਟ ਕਰ ਦਿੱਤਾ ਤੇ ਕਈਆਂ ਦੀ ਮਈ ਇਨਟੇਕ ਦੇ ਐਡਮਿਸ਼ਨ ਸਟਾਰਟ ਹੋ ਚੁੱਕੀ 2024 ਦੀ ਸੋ ਇੰਨੀ ਜ਼ਿਆਦਾ ਵੋਲਿਊਮ ਹੋਣ ਕਰਕੇ ਕੈਨੇਡਾ ਇੱਕ ਸਾਲ ਐਡਵਾਂਸ ਚਲਦਾ ਪਿਆ ਜੀ ਇਹ ਡਿਫਰੈਂਸ ਹੈ ਅੱਛਾ ਇਹ ਕਈ ਵਾਰੀ ਇਹ ਵੀ ਸੁਣਨ ਨੂੰ ਆਇਆ ਕਿ ਜਦੋਂ ਇਨਟੇਕ ਖਤਮ ਹੋਣ ਵਾਲ ਨੂੰ ਜਾਂਦਾ ਮੰਨ ਲਓ ਫਰਜ਼ ਕਰ ਲੋ ਅਸੀਂ ਸਤੰਬਰ ਇੰਟੀਗ ਦੀ ਗੱਲ ਕਰ ਲਈਏ ਤੇ ਜੂਨ ਜੁਲਾਈ ਦੇ ਲਾਗੇ ਜਾ ਕੇ ਕਿ ਸੇਟਾ ਫਿਰ ਖਾਲੀ ਹੋ ਜਾਂਦੀ ਹੈ ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਕਿ ਇੱਕ ਬੱਚਾ ਜਦੋਂ ਕੈਨੇਡਾ ਜਾਣਾ ਚਾਹੁੰਦਾ ਹੈ ਉਹਨੂੰ ਇਹ ਲੱਗਦਾ ਕਿ ਪਤਾ ਨਹੀਂ ਮੈਨੂੰ ਮੇਰੀ ਮਨਮਰਜ਼ੀ ਦਾ ਕਾਲਜ ਮਿਲੇਗਾ ਕਿ ਨਹੀਂ ਮਿਲੇਗਾ ਕਿਤੇ ਐਂਡ ਤੇ ਜਾ ਕੇ ਇਹ ਨਾ ਹੋਵੇ ਸੇਟਾ ਫੁੱਲ ਹੋ ਜਾਣਾ ਉਹ ਬੱਚਾ ਚਾਰ ਚਾਰ ਪੰਜ ਪੰਜ ਕਾਲਜਾਂ 'ਚ ਆਪਣੀ ਆਫਰ ਲੈਟਰ ਅਪਲਾਈ ਕਰ ਦਿੰਦਾ ਕਿਉਂਕਿ ਕਿਸੇ ਕਾਲਜ ਆਫਰ ਲੈਟਰ ਫ੍ਰੀ ਵੀ ਮਿਲ ਜਾਂਦੀ ਹੈ ਕਿਤੇ 10 ਵੀ 50 ਡਾਲਰ ਲੱਗ ਵੀ ਜਾਂਦੇ ਆ ਬੱਚਾ ਚਾਰ ਤੋਂ ਪੰਜ ਕਾਲਜਾਂ 'ਚ ਆਪਣੀ ਆਫ ਅਲਟੀਮੇਟਲੀ ਉਹ 5 ਕਾਲਜਾਂ ਦੀਆਂ ਸੀਟਾਂ ਤਾਂ ਭਰ ਗਿਆ ਹੁਣ ਇੱਕ ਕਾਲਜ ਚੂਜ਼ ਕਰਨਾ ਬੱਚੇ ਨੇ ਬੱਚੇ ਨੇ ਇੱਕ ਚੋਸ ਕਰ ਲਿਆ ਕਾਲਜ ਤੇ 4 ਦੀਆਂ ਸੀਟਾਂ ਤਾਂ ਖਾਲੀ ਬਚ ਗਈਆਂ ਨਾ ਫਿਰ ਇਹ ਸਮਝ ਸਕਦੇ ਕਿ ਸਤੰਬਰ ਦੇ ਲਾਗੇ ਜਾਂਦਾ ਜਾਂਦੇ ਆ ਜਿਹੜੇ ਕਾਲਜ ਅਸੀਂ ਕਹਿੰਦੇ ਹੁਣ ਅਸੀਂ ਫੁੱਲ ਹੋ ਗਏ ਆ ਉਹ ਫਿਰ ਸੀਟਾਂ ਦੁਬਾਰਾ ਰਿਲੀਜ਼ ਕਰ ਸਕਦੇ ਆ ਨਹੀਂ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਐਗਜ਼ਾਮਪਲ ਕਿਸੇ ਕਾਲਜ ਦੇ ਵਿੱਚ 100 ਸੀਟਸ ਹੈ ਠੀਕ ਹੈ ਆਫਰ ਲੈਟਰ ਰਿਲੀਜ਼ ਕਰਦੀ 500 ਹੁਣ ਜਿਹੜਾ 100 ਬੱਚਾ ਪਹਿਲਾਂ ਫੀਸ ਦੇ ਦੇਗਾ ਉਹਦੀ ਸੀਟ ਰਿਜ਼ਰਵ ਹੋਏਗੀ ਐਗਜ਼ਾਮਪਲ ਕਿਸੇ ਨੇ ਸੀਟ ਰਿਜ਼ਰਵ ਕਰਨ ਤੋਂ ਪਹਿਲੇ ਫੀਸ ਉਹਦੀ technically ਜਦੋਂ ਆਪਾਂ ਦੇਖਦੇ ਆਂ ਕਿ ਪ੍ਰੋਗਰਾਮ ਜਦੋਂ ਕੋਈ ਵੀ ਐਡਮਿਸ਼ਨ ਅਪਲਾਈ ਹੁੰਦੀ ਹੈ ਸੀਟਸ ਓਪਨ ਦੇ ਵਿੱਚ ਆਂਦੀ ਹੈ ਕਲੋਜ਼ ਦੇ ਵਿੱਚ ਆਂਦੀ ਹੈ ਵੇਟ ਲਿਸਟਡ ਚ ਆਂਦੀ ਹੈ ਔਰ ਵਿਲ ਓਪਨ ਆਂਦਾ ਹੈ ਵੇਟ ਲਿਸਟਡ ਦੇ ਵਿੱਚ ਹੁੰਦਾ ਕਿ ਕਨਫਰਮੇਸ਼ਨ ਨਹੀਂ ਹੈਗੀ ਹਲੇ ਸਮ ਟਾਈਮ ਹੁੰਦਾ ਕੋਈ ਬੱਚਾ ਰਹਿ ਜਾਂਦਾ ਜਿਹਦੀ ਫੀਸ ਨਹੀਂ ਕਰ ਪਾਇਆ ਜਾਂ ਕਿਸੇ ਦਾ ਲੋਨ ਨਹੀਂ ਹੋਇਆ ਜਾਂ ਕਿਸੇ ਕੋ ਪੇਮੈਂਟ ਰੇਂਜ ਨਹੀਂ ਹੋਈ ਉਹ ਜਿਹੜੀ ਇੱਕ ਦੋ ਸੀਟਸ ਬਚ ਜਾਂਦੀ ਉਹਦੇ ਚ ਉਹਦੀ ਅਡਜਸਟਮੈਂਟ ਹੋ ਜਾਂਦੀ ਹੈ ਆਦਰਵਾਇਜ਼ ਐਸੇ ਜਿਹੜੇ ਗਵਰਨਮੈਂਟ ਕਾਲਜ ਤੋਂ ਇਲਾਵਾ ਕਈ ਪ੍ਰਾਈਵੇਟ ਕਾਲਜਸ ਐਸੇ ਆ ਜਿਨ੍ਹਾਂ ਦੇ ਵਿੱਚ ਸੀਟਸ ਅਵੇਲੇਬਲ ਰਹਿੰਦੀ ਹੈ ਉਹ ਐਂਡ ਆਫ ਦਾ ਟਾਈਮ ਮਿਲ ਜਾਂਦੀ ਹੈ ਔਰ ਇਸ ਤੋਂ ਇਲਾਵਾ ਕੀ ਹੁੰਦਾ ਐਗਜ਼ਾਮਪਲ ਕਾਲਜ ਦੇ ਵਿੱਚ 100 ਤਰ੍ਹਾਂ ਦਾ ਪ੍ਰੋਗਰਾਮ ਹੈ ਹੂੰ 90 ਪ੍ਰੋਗਰਾਮ ਜਿਹੜੇ ਹਾਟਲਿਸਟਡ ਹੈਗੇ ਉਹ ਵਿਕ ਜੰਦੇ 10 ਪ੍ਰੋਗਰਾਮ ਜਿਹੜਾ ਬਚਦਾ ਉਹ ਚ ਸੀਟਸ ਫੁੱਲ ਨਹੀਂ ਹੋਈਆਂ ਅੱਛਾ ਕੈਨੇਡਾ ਦੀ ਗੱਲ ਕਰੀਏ ਤਾਂ ਅਸੀਂ ਅੱਜ ਕੈਨੇਡਾ ਦਾ ਚਰਚਾ ਕਰਦੇ ਵੇ ਜਿਹੜੇ ਬੱਚੇ ਬਾਹਰ ਜੀ ਸਟੂਡੈਂਟ ਜਾਣਾ ਚਾਹੁੰਦੇ ਆ ਕੁਝ ਇੱਕ ਕੰਸਲਟੈਂਟ ਕਹਿੰਦੇ ਆ ਜੀ ਸੋਸ਼ਲ ਮੀਡੀਆ ਤੇ ਆ ਕੇ ਅਖਬਾਰਾਂ ਦੇ ਵਿੱਚ ਆ ਕੇ ਜਾਂ ਫਿਰ ਜਿਵੇਂ ਟੀਵੀ ਚੈਨਲ ਦੇ ਵਕ ਵਕ ਚੈਨਲ ਤੇ ਬੋਲਦੇ ਆ ਕਿ ਆ ਸੀਟਾਂ ਖਾਲੀ ਆ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ 1100 ਪਲੱਸ ਪ੍ਰਾਈਵੇਟ ਕਾਲਜ ਆ ਮੁਕਾਬਲੇ ਸਰਕਾਰੀ ਕਾਲਜ 43 ਸਰਕਾਰੀ ਕਾਲਜ ਤੋਂ ਸ਼ਿਕਾਇਤ ਹੈਗੀ ਆ ਹੁਣ ਸਾਰੇ 43 ਕਾਲਜਾਂ ਦੇ ਵਿੱਚ ਤਾਂ ਪੰਜਾਬ ਦਾ ਬੱਚਾ ਜਾ ਨਹੀਂ ਸਕਦਾ ਕਈਆਂ ਦੀ ਰਿਕੁਆਇਰਮੈਂਟ ਜ਼ਿਆਦੀ ਹੋ ਜਾਂਦੀ ਹੈ ਕਈਆਂ ਦੀ ਸੀਟਾਂ ਭਰ ਜਾਂਦੀ ਹੈ ਫਿਰ ਬੱਚਾ ਕਹਿੰਦਾ ਮੈਂ ਆਪਣਾ ਸਾਲ ਖਰਾਬ ਨਾ ਕਰਾਂ ਤੇ ਮੈਂ ਪ੍ਰਾਈਵੇਟ ਕਾਲਜ ਚ ਚਲ ਜਾ ਹੁਣ ਸਰਕਾਰੀ ਕਾਲਜ ਤੇ ਪ੍ਰਾਈਵੇਟ ਕਾਲਜ ਵਿੱਚ ਫਰਕ ਕੀ ਆ ਕੀ ਬੱਚੇ ਨੂੰ ਪ੍ਰਾਈਵੇਟ ਕਾਲਜ ਜਾਣਾ ਚਾਹੀਦਾ ਜੇ ਇਹਨੂੰ ਸਰਕਾਰੀ ਸੀਟ ਨਹੀਂ ਮਿਲਦੀ ਜਾਂ ਫਿਰ ਵੇਟ ਕਰਕੇ ਸਰਕਾਰੀ ਜੀ ਜਾਣਾ ਚਾਹੀਦਾ ਦੇਖੋ ਸਰ ਜਿਹੜਾ ਤਾਂ ਹੈਗਾ ਸਟੂਡੈਂਟ ਜਨਰਲ ਨੂੰ ਕੋਈ ਡਿਫਰੈਂਸ ਨਹੀਂ ਹੈ এডੂਕੇਸ਼ਨ ਸਰਕਾਰੀ ਚ ਵੀ ਹੋਏਗੀ এডੂਕੇਸ਼ਨ ਪ੍ਰਾਈਵੇਟ ਚ ਵੀ ਹੋਏਗੀ ਡਿਫਰੈਂਸ ਬਸ ਦੋ ਤਰੀਕੇ ਦੇ ਹੁੰਦੇ ਕਿ ਪ੍ਰਾਈਵੇਟ ਕਾਲਜਿਸ ਸਮ ਕਾਲਜਿਸ ਐਸੇ ਆ ਕਿ ਡੀਐਲਆਈ ਨੰਬਰ ਅਪਰੂਵ ਹੋਣ ਤੋਂ ਬਾਅਦ ਵੀ ਉਹਨਾਂ ਕੋਲ ਵਰਕ ਪਰਮਿਟ ਨਹੀਂਗਾ ਹੂੰ ਤਾਂ ਦੀ ਇੰਟੈਂਸ਼ਨਸ ਕੀ ਹੈ ਗਿਆ ਡਿਪੈਂਡ ਕਰੇਗਾ ਉਸ ਚੀਜ਼ ਉਤੇ ਤੇ ਕਈ ਕਾਲਜਿਸ ਐਸੇ ਆ ਪ੍ਰਾਈਵੇਟ ਜਿਨ੍ਹਾਂ ਚ ਵਰਕ ਪਰਮਿਟ ਅਵੇਲੇਬਲ ਆ ਸਿਰਫ ਇੰਨਾ ਕੁ ਡਿਫਰੈਂਸ ਆਂਦਾ ਹਮ ਹੋਰ ਵਿੱਚ ਖਾਸ ਕੋਈ ਡਿਫਰੈਂਸ ਨਹੀਂ ਹੈਗਾ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਇਕੁਅਲ ਚੱਲਦਾ ਔਰ ਵਿੱਚ ਕੋਈ ਡਿਫਰੈਂਸ ਨਹੀਂ ਹੈ ਐਜੂਕੇਸ਼ਨ ਚਲੋ ਇਕੁਅਲ ਹੋਗੀ ਲੋਕ ਕੀ ਕਹਿੰਦਾ ਜੀ ਪ੍ਰਾਈਵੇਟ ਕਾਲਜ ਚ ਜਾਣਾ ਜੀ ਸਾਨੂੰ ਜਾਣਾ ਨਹੀਂ ਜਾਣਾ ਸਾਨੂੰ ਵਰਕ ਪਰਮਿਟ ਨਹੀਂ ਮਿਲੂਗਾ ਪਰ ਮੈਂ ਬੜਾ ਸੁਣਿਆ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਕਾਲਜ ਐਸੇ ਆ ਜਿਨ੍ਹਾਂ ਦਾ 1+1 ਸਟੱਡੀ ਦਾ ਆਰਟੀਕੂਲੇਸ਼ਨ ਹੁੰਦਾ ਹੈ ਕਿ ਇੱਕ ਸਾਲ ਤੁਸੀਂ ਇਸ ਕਾਲਜ 'ਚ ਪੜੋ ਅਗਲੇ ਸਾਲ ਤੁਹਾਨੂੰ ਸਰਕਾਰੀ ਕਾਲਜ 'ਚ ਅਸੀਂ ਐਡਮਿਸ਼ਨ ਕਰਾ ਕੇ ਦਵਾਂਗੇ ਯਾਨੀ ਕਾਲਜ ਹੀ ਐਡਮਿਸ਼ਨ ਕਰਾ ਦਿੰਦਾ ਹੈ ਫਿਰ ਜਦੋਂ ਬੱਚਾ ਦੂਜੇ ਸਾਲ ਦੀ ਪੜ੍ਹਾਈ ਪੂਰੀ ਕਰਦਾ ਫਿਰ ਉਹਨੂੰ 2 ਤੋਂ 3 ਸਾਲ ਦਾ ਪੋਸਟਸਟਡੀ ਵਰਕ ਰੈਟਸ ਮਿਲ ਜਾਂਦਾ ਹੈ ਤੇ ਜੇਕਰ ਇਹ ਚੀਜ਼ਾਂ ਸੱਚ ਹੁੰਦੀਆਂ ਪਈਆਂ ਤਾਂ ਫਿਰ ਮੇਰੇ ਕਾਲਜ ਤੇ ਪ੍ਰਾਈਵੇਟ ਸਰਕਾਰੀ 'ਚ ਕੋਈ ਫਰਕ ਨਹੀਂ ਰਹਿਣਾ ਚਾਹੀਦਾ ਦੇਖੋ ਸਰ ਇਹ ਟੈਕਨੀਕਲੀ ਅਗਰ ਦੇਖਿਆ ਜਾਵੇ ਹਰ ਇੱਕ ਕਾਲਜ ਨਹੀਂ ਐਕਸੈਪਟ ਕਰਦਾ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਇੱਕ ਕਾਲਜ ਹੈ ਵੈਂਕਿਊਰ ਦੇ ਵਿੱਚ ਹੈ ਗ੍ਰੈਨਵੈਲ ਕਾਲਜ ਕਾਲਜ ਜਿਹਦੇ ਵਿੱਚ ਉਹਦਾ ਕ੍ਰੈਡਿਟ ਟਰਾਂਸਫਰ ਹੋ ਜਾਏਗਾ 2 ਸਾਲ ਦੀ ਪੜ੍ਹਾਈ ਹੈ 1 ਸਾਲ ਉਹਨੇ ਜੋ ਪੜ੍ਹਿਆ ਅਗਲਾ ਉਹਦਾ ਕ੍ਰੈਡਿਟ ਟਰਾਂਸਫਰ ਹੋ ਕੇ ਅਗਲੇ ਤੋਂ ਸਟਾਰਟ ਕਰ ਦੋਗੇ ਉਹ ਐਗਜ਼ਾਮਪਲ ਤੁਹਾਡੀ 100% ਐਜੂਕੇਸ਼ਨ ਚਾਹੀਦੀ 40% ਤੁਸੀਂ ਗ੍ਰੈਨਵੈਲ ਚ ਕਰਦੇ ਹੋ 60% ਤੁਸੀਂ ਬੀਸੀਸੀ ਦੇ ਵਿੱਚ ਕਰਦੇ ਹੋ ਉਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲੇਗਾ ਕਾਲਜ ਵੱਲੋਂ ਐਕਸੈਪਟੇਬਲ ਲੱਗੇ ਜੇ ਪਹਿਲਾ ਸਾਲ ਤੁਸੀਂ ਇੱਕ ਪ੍ਰਾਈਵੇਟ ਕਾਲਜ ਚ ਪੜ੍ਹਿਆ ਹੈ ਉਹ ਤੁਸੀਂ ਦੂਜਾ ਸਾਲ ਜਦੋਂ ਸਰਕਾਰੀ ਕਾਲਜ ਕੰਪਲੀਟ ਕਰ ਲੈਂਦੇ ਹੋ ਤਾਂ ਸਰਕਾਰ ਇਹ ਮੰਨਦੀ ਕਿ ਤੁਸੀਂ 2 ਸਾਲ ਪੜ੍ਹ ਲਿਆ ਹੋ ਤਾਂ ਤੁਹਾਨੂੰ 2 ਤੋਂ 3 ਸਾਲ ਦਾ ਉਹਦੇ ਕ੍ਰੈਡਿਟ ਟਰਾਂਸਫ ਕਾਲਜ ਪੜ੍ਹ ਕੇ ਦੈਨ ਤੁਸੀਂ ਐਲੀਜੀਬਲ ਹੋ ਜਾਂਦੇ ਵਕਤ ਨੂੰ ਇਹ ਵੀ ਸੁਣਿਆ ਕਿ ਕਹਿੰਦੇ ਜਿਹੜੇ ਪ੍ਰਾਈਵੇਟ ਕਾਲਜ ਹੁੰਦੇ ਆ ਇਹਦੀ ਰਿਕੁਆਇਰਮੈਂਟ ਘੱਟ ਹੁੰਦੀ ਆ ਪੜਨਾ ਘੱਟ ਪੈਂਦਾ ਏ ਘੱਟ ਬੈਂਡ ਤੇ ਐਡਮਿਸ਼ਨ ਮਿਲ ਜਾਂਦੀ ਏ ਕੁਛ ਇਦਾਂ ਦਾ ਵੀ ਹੁੰਦਾ ਦੇਖੋ ਸਰ ਹਰ ਇੱਕ ਕਾਲਜ ਦੀ ਆਪਣੀ ਆਪਣੀ ਰਿਕੁਆਇਰਮੈਂਟਸ ਹੈਗੀਆਂ ਨੇ ਅਗਰ ਆਪਾਂ ਗੱਲ ਕਰਦੇ ਆ ਸਟੈਂਡਰਡ ਰਿਕੁਆਇਰਮੈਂਟ ਦੀ ਸ਼ੁਰੂ ਤੋਂ ਹੁੰਦੀ ਏ 6 ਈਚ ਐਪਲੀਕੇਸ਼ਨ ਚਾਹੀਦੀ ਏ ਪਲੱਸ 2 ਵਾਲਾ ਬੱਚਾ ਉਹਦੇ ਲਈ ਗ੍ਰੈਜੂਏਟ ਬੱਚਾ 6.5 ਬੈਂਡ ਚਾਹੀਦੇ 60% ਚਾਹੀਦੇ ਆ ਮਿਨਿਮਮ 12th ਵਾਲਾ ਜਾਂ ਉਹ ਗ੍ਰੈਜੂਏਟ ਆ ਹੁਣ ਪਾਸਿੰਗ ਦੇ ਵਿੱਚ ਗ੍ਰੈਜੂਏਟ ਐਪਲੀਕੈਂਟ 2016 ਓਨਵਰਡ ਉਸ ਤੋਂ ਬਾਅਦ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਹੈ ਡਿਗਰੀ ਤੋਂ ਬਾਅਦ ਉਹ ਕਨਸਿਡਰ ਹੁੰਦੀ ਹੈ ਐਜੂਕੇਸ਼ਨ ਦੇ ਵਿੱਚ ਇਸ ਤੋਂ ਬਾਅਦ ਅਗਰ ਆਪਾਂ ਨੇ ਰਿਕੁਆਇਰਮੈਂਟਸ ਵੱਲ ਤੁਸੀਂ ਕਿੰਨੇ ਕਿਤੇ ਐਕਸੈਪਟੇਬਲ ਹੁੰਦਾ ਕਿਤੇ ਨਹੀਂ ਵੀ ਹੁੰਦਾ ਹੁਣ ਗਮਨ ਕਾਲਜਿਸ ਦੀ ਵੀ ਦੇਖਦੇ ਆਪਾਂ ਸੇਂਟ ਕਲੀਅਰ ਕਾਲਜ ਹੈਗਾ ਜਾਂ ਸੇਂਟ ਲੋਰੈਂਸ ਕਾਲਜ ਹੈਗਾ ਇਕਾਟ ਰਿਕੁਆਇਰਮੈਂਟ ਤੇ ਐਕਸੈਪਟ ਕਰ ਲੈਂਦਾ ਹਰ ਇੱਕ ਕਾਲਜ ਦਾ ਆਪਣਾ ਆਪਣਾ ਕ੍ਰਾਈਟੇਰੀਆ ਉਹਦੇ ਅਕੋਰਡਿੰਗ ਐਪਲੀਕੇਸ਼ਨ ਚੱਲਦੀਆਂ ਸੋ ਪ੍ਰਾਈਵੇਟ ਕਿਤੇ ਨਾ ਕਿਤੇ ਜਸਟ ਕਰ ਲੈਂਦਾ ਅਚ ਅ ਓਵਰঅল ਕੀ ਇੱਕ ਜੋ 5.5 ਬੈਂਟ ਤੇ ਡਿਵੀਜ਼ਨ ਤੇ ਦੇ ਦਿੱਤੀ ਕੀ ਐਮਬੈਸੀ ਦਾ ਵੀ ਰੋਲ ਹੁੰਦਾ ਵੀਜ਼ਾ ਰਿਫਿਊਜ਼ ਕਰਾਣ ਦਾ ਜਾਂ ਨਹੀਂ ਚ ਬੜਾ ਤੁਸੀਂ ਸੋਹਣਾ ਸਵਾਲ ਕੀਤਾ ਸੋ ਇਹਦੇ ਜਰੀਏ ਮੈਂ ਨਾ ਸਾਰਿਆਂ ਨੂੰ ਇੱਕ ਵਾਰੀ ਕੰਬਾਈਨ ਕਰਕੇ ਆਨਸਰ ਦੇ ਦਿੰਦਾ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਵੀਜ਼ਾ ਰਿਫਿਊਜ਼ ਕਰਾਣਾ ਚਾਹੇ 5.5 ਤੇ ਆਜੋ ਚਾਹੇ ਤੁਸੀਂ 5 ਬੈਂਟ ਤੇ ਆਜੋ ਚਾਹੇ ਵਿਦਾਊਟ ਆਇਲਸ ਆਜੋ ਐਮਬੈਸੀ ਫੀਸ ਲੱਗੇਗੀ ਆਫੀਸਰ ਜਿਹੜਾ ਐਮਬੈਸੀ ਫੀਸ ਲੈ ਰਿਹਾ ਸਿਰਫ ਉਹਦੀ ਕੇਸ ਦੀ ਅਸੈਸਮੈਂਟ ਹੈ ਬਟ ਵੀਜ਼ਾ ਕਿੰਨੂੰ ਮਿਲੇਗਾ ਜਿਹਦੀ ਪਲੱਸ 2 ਵਾਲੇ ਐਪਲੀਕੈਂਟ ਹੈ 2 ਜਾਂ 3 ਸਾਲ ਦਾ ਪੜ੍ਹਾਈ ਚ ਗੈਪ ਹੈ ਉਹ ਐਕਸੈਪਟੇਬਲ ਹੋਏਗਾ 60% ਤੁਹਾਡੇ ਮਾਰਕਸ ਚਾਹੀਦੇ 6 ਈਚ ਬੈਂਡ ਚਾਹੀਦੇ ਆ। ਹਮਮ। ਦੈਟ ਮੀਨਸ ਰੀਡਿੰਗ রাইਟਿੰਗ ਲਿਸਨਿੰਗ ਸਪੀਕਿੰਗ ਸਾਰੇ ਵਿੱਚ 6 6 ਹੈ ਉਹ ਐਪਲੀਕੇਸ਼ਨ ਅਪਲਾਈ ਕਰੇਂਗਾ ਉਹਨੂੰ ਮਿਲੇਗਾ। ਕਟੋ ਘਟੇ ਜੇ 6.5 7 ਬੈਂਡ ਨੂੰ ਤਾਂ ਫਿਰ ਫਾਇਦਾ ਹੀ ਆ। ਉਹ ਜਿੰਨੇ ਬੈਂਡ ਰਿਕੁਆਇਰਮੈਂਟ ਵੱਜੇਗੀ ਤੁਹਾਡੀ ਉਹ ਚੰਗੀ ਚੀਜ਼ ਪਰ ਆਪਾਂ ਏਸ਼ੀ ਨੂੰ ਵੀ ਤਾਂ ਨਹੀਂ ਕਹਿ ਸਕਦੇ ਨਾ ਕਿ ਜੇ 6 ਓਵਰਲ 1.5 ਦੇ ਉੱਤੇ ਵੀਜ਼ਾ ਹੀ ਨਹੀਂ ਆਊਗਾ ਕੋਈ ਦਸਾਂ ਵੀ 50 ਵਿੱਚ ਇੱਕ ਵੀਜ਼ਾ ਤਾਂ ਆ ਹੀ ਜਾਂਦਾ ਸਰ ਦੇਖੋ ਉਹਦੇ ਉਹਦੇ ਵਿੱਚ ਕੀ ਚੀਜ਼ ਹੈਗੀ ਕਿ 100 ਫਾਈਲ ਤੁਸੀਂ ਐਪਲੀਕੇਸ਼ਨ ਕਰੋਗੇ ਉਹਦੇ ਵਿੱਚ 2 ਜਾਂ 3 ਜਿਹਦੇ ਤੇ ਪਰਮਾਤਮਾ ਮਿਹਰਬਾਨ ਹੋ ਉਹਨੂੰ ਵੀਜ਼ਾ ਮਿਲਦਾ ਚਾਂਸ ਘੱਟੇ ਕਿਹਦਾ ਸਕੇ ਆਲਮੋਸਟ 97 98% ਰਿਫਿਊਜ਼ਲ ਹੈ ਸੋ ਬੀਿੰਗ ਅ ਕੰਸਲਟੈਂਟ ਸਜਾ ਵਰਜ ਬੰਦਾ ਕਿ ਸਟੂਡੈਂਟ ਨੂੰ ਗਾਈਡ ਕੀਤਾ ਜਾਵੇ ਰੈਸਟ ਕਈ ਵਾਰੀ ਹੁੰਦਾ ਬੱਚਾ ਕਹਿੰਦਾ ਭਾਜੀ ਮੈਂ ਆਪਣੀ ਕਿਸਮਤ ਅ ਲੈਣਾ ਤੇ 6 ਇਚ ਬੈਡ 60% ਨੰਬਰ ਰੀਸੈਂਟ ਪੜਿਆ ਲਿਖਿਆ ਹੋਵੇ ਜੇ ਸਾਲ ਦੋ ਸਾਲ ਦਾ ਗੈਪ ਵੀ ਹੈਗਾ ਤਾਂ ਚੱਲ ਜਾਊਗਾ ਹੁਣ ਜੇ ਫਾਈਲ ਲਾਉਣੀ ਆ ਤੇ ਉਹ ਦੋ ਚਾਰ ਸਾਲ ਦੇ ਗੈਪ ਨਾਲ ਵੀ ਲੱਗ ਜੂਗੇ ਇੱਕ ਚੋ 5.5 ਦਾ ਵੀ ਲੱਗ ਜੂਗੇ ਓਵਰঅল 5.5 ਮਹੀਨੇ ਲੱਗ ਜਾਊਗਾ ਔਰ ਮੇਰੇ ਖਿਆਲ ਚ ਕੋਸ਼ਿਸ਼ ਇੱਕ ਕਾਲਜ ਦੇ ਕਹਿੰਦੇ ਵਿਦਆਊਟ ਆਈਲੈਂਡਸ ਵੀ ਤੁਸੀਂ ਜਿਹੜੀ ਆ ਉਹ ਫਾਈਲ ਦਾ ਸਕਦੇ ਹੁਣ ਇਹ 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 ਲੋਕਾਂ ਨੇ ਸੋਚਣਾ ਕਿ ਅਸੀਂ ਲਾਉਣੇ ਕਿਵੇਂ ਫਾਈਲ ਜਿਹੜਾ ਵੀਜ਼ਾ ਮਿਲੂਗਾ ਤੇ ਜਾਦੇ ਚਾਂਸ ਵੀਜ਼ਾ ਮਿਲਾਂਦੇ 6 ਇਚ ਦੇ ਨਾਲ ਸਰ ਇੱਕ ਛੋਟੀ ਜੀ ਐਗਜ਼ੈਂਪਲ ਦੇਣਾ ਹੁਣ ਤੁਸੀਂ ਕਹਿੰਦੇ ਅਪਲਾਈ ਹੋ ਜਾਊਗਾ ਔਰ ਵੀਜ਼ਾ ਆ ਜਾਊਗਾ ਦੋ ਅਲੱਗ ਅਲੱਗ ਚੀਜ਼ਾਂ ਹਾਂ ਉਹੀ ਉਹੀ ਗੱਲ ਹੈ ਅਪਲਾਈ ਹੋਣ ਨੂੰ ਕਿਸੇ ਨੇ ਵੀ ਕਰ ਲਿਆ ਐਗਜ਼ੈਂਪਲ ਮੈਂ ਆ ਮੈਂ ਆਪਣੀ ਪਲੱਸ 2 ਕੀਤੀ ਹੈ 2019 ਦੇ ਵਿੱਚ ਅੱਜ 2023 ਚੱਲਦਾ ਪਿਆ ਮੇਰੇ 6 ਇਚ ਵੀ ਆ ਗਏ 4 ਸਾਲ ਮੈਂ ਬਿਲਕੁਲ ਵਿਲਰ ਰਹਿਣਾ ਅੱਜ ਮੈਨੂੰ ਯਾਦ ਆਉਂਦਾ ਯਾਰ ਮੈਂ ਤਾਂ ਪੜ੍ਹਾਈ ਕਰਨੀ ਸੀਗੀ ਮੰਡ ਕਿਤੇ ਨਾ ਕਿਤੇ ਨਾ ਉਹ ਹੈਗੀ ਅਪਲਾਈ ਹੋ ਜਾਊਗਾ ਕਿ ਟਰਾਈ ਮਾਰਦੇ ਲੱਗ ਗਿਆ ਲੱਗ ਗਿਆ ਬਟ ਵੀਜ਼ਾ ਉਰ ਚ ਚਾਂਸਸ ਜ਼ੀਰੋ ਰਹਿ ਜਾਣਗੇ ਸੋ ਇੱਕ ਚੀਜ਼ ਹੈਗੀ ਕਿ ਮੈਂ 2022 ਪਾਸ ਆਊਟ ਆਦਨ ਮੈਂ ਆਲਸ ਅਪੀਅਰ ਕੀਤੀ ਐਗਜ਼ੈਂਪਲ ਨਹੀਂ ਵੀ ਹੋਈ ਦੂਜੇ ਟਾਈਮ ਚ ਮੈਂ ਕਰ ਲਈ ਜਿਆਦਾ ਗੈਪ ਨਹੀਂ ਮੰਨਿਆ ਜਾਂਦਾ ਉਹ ਐਪਲੀਕੇਸ਼ਨ ਲਗਾਓਗੇ ਉਹਦਾ ਵੀਜ਼ਾ ਲੱਗ ਜਾਏਗਾ ਸੋ ਉਹਦੇ ਚ ਦਸਾਂ ਚ ਨੋ ਐਪਲੀਕੇਸ਼ਨ ਜਿਹੜੇ ਵੀਜ਼ਾਸ ਗ੍ਰਾਂਟ ਹੁੰਦੇ ਹੁਣ ਇਹ ਸਮਝਣ ਦੀ ਲੋੜ ਹੈ ਕਿ ਪ੍ਰੋਫਾਈਲ ਕੀ ਹੈ ਅੱਗੇ ਕੰਸਲਟੈਂਟ ਸਟੂਡੈਂਟ ਨੂੰ ਕੀ ਗਾਈਡ ਕਰਦਾ ਕਿ ਸਟੂਡੈਂਟ ਕੰਸਲਟੈਂਟ ਦੀ ਗੱਲ ਮੰਨਦਾ ਹੈ ਨਹੀਂ ਮੰਨਦਾ ਸੋ ਕੰਸਲਟੈਂਟ ਦਾ ਫਰਜ਼ ਹੂੰ ਗਾਈਡ ਕਰਨਾ ਅਸੀਂ ਸੱਚ ਦੱਸ ਸਕਦੇ ਬੱਚੇ ਨੂੰ ਰਾਹ ਦਿਖਾ ਸਕਦੇ ਭਾਈ ਆ ਰਾਹ ਤੇ ਤੁਰੂਗਾ ਇਦਾਂ ਵੀਜ਼ਾ ਮਿਲੇਗਾ ਹੁਣ ਕਈ ਵਾਰ ਸਟੂਡੈਂਟ ਵੀ ਨਹੀਂ ਮੰਨਦਾ ਸੋ ਉਹਦੇ ਚ ਕਿਤੇ ਨਾ ਕਿਤੇ ਸਟੂਡੈਂਟ ਨੂੰ ਵੀ ਸਮਝਣ ਦੀ ਲੋੜ ਹੈ ਕਿ ਮੇਰੀ ਕੰਸਲਟੈਂਟ ਤਾਂ ਗਾਈਡ ਹੀ ਕਰ ਸਕਦਾ ਨਾ ਜੀ ਹੁਣ ਗਾਂ ਅੱਗੇ ਮਰਜ਼ੀ ਤੇ ਬੱਚੇ ਦੀ ਉਹ ਮੰਨਣਾ ਜਾਂ ਨਹੀਂ ਮੰਨਣਾ ਹੁਣ ਦੂਜੀ ਗੱਲ ਇੱਕ ਹੋਰ ਹੈ ਕਿ ਪਿੱਛੇ ਜੇ ਰਿਫਿਊਜ਼ਲਾਂ ਬਹੁਤ ਆਈਆਂ ਸੀ ਕੈਨੇਡਾ ਦੀਆਂ ਮੇਰੇ ਖਿਆਲ ਚ ਲੋਕ ਵੀ ਜਿਹੜੇ ਸਾਨੂੰ ਦੇਖ ਰਹੇ ਆ ਉਹਨਾਂ ਦਾ ਕੋਈ ਆਪਣਾ ਬੱਚਾ ਜਾਂ ਕੋਈ ਰਿਸ਼ਤੇਦਾਰ ਜ਼ਰੂਰ ਰਿਫਿਊਜ਼ਲ ਹੋਇਆ ਹੋਊਗਾ ਕਿਉਂਕਿ ਰਿਫਿਊਜ਼ਲਾਂ ਬਹੁਤ ਆ ਹੁਣ ਪ੍ਰੈਜ਼ੈਂਟ ਕੀ ਹੁਣ ਵੀਜ਼ਾ ਆ ਰਿਹਾ ਕਿ ਹਜੇ ਵੀ ਉਹੀ ਦੌਰ ਚੱਲ ਰਿਹਾ ਰਿਫਿਊਜ਼ ਦਾ ਬਾਈ ਦੇਖੋ ਗਲੋਬਲੀ ਅਗਰ ਮੈਂ ਗੱਲ ਕਰਾਂ ਨਾ ਪੀਕ ਐਂਡ ਗੋਲਡਨ ਟਾਈਮ ਹੈਗਾ ਹਰ ਇੱਕ ਕੰਟਰੀ ਦਾ ਅੱਜ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਅੱਜ ਯੂਕੇ ਵੀਜ਼ਾ ਦੇ ਰਿਹਾ ਅੱਜ ਯੂਐਸਏ ਵੀਜ਼ਾ ਦੇ ਰਿਹਾ ਅੱਜ ਕੈਨੇਡਾ ਵੀਜ਼ਾ ਦੇ ਰਿਹਾ ਸੋ ਇਹੀ ਦੌਰ ਜਿਹੜਾ ਸੀਗਾ 2016 ਚ ਦੇਖਣ ਨੂੰ ਮਿਲਿਆ 2018-19 ਚ ਦੇਖਣ ਨੂੰ ਮਿਲਿਆ ਤੇ ਇਹ 2023 95% ਰਿਜ਼ਲਟ ਹਮ ਕੈਨੇਡਾ ਦੀ ਅਗਰ ਗੱਲ ਕਰੀਏ ਚਾਹੇ ਉਹ ਗਵਰਨਮੈਂਟ ਕਾਲਜ ਹੈ ਚਾਹੇ ਉਹ ਪ੍ਰਾਈਵੇਟ ਕਾਲਜ ਹੈ ਹਰ ਇੱਕ ਕਾਲਜ ਕੈਨੇਡਾ ਦਾ 95% ਸਕਸੈਸ ਇੰਜੋਏ ਕਰ ਰਹਾ ਹੈ। दैट मींस ਕਿ ਬੜੇ ਕ੍ਰੂਸ਼ਲ اور ਪੀਕ ਟਾਈਮ ਦੇ ਉੱਤੇ ਅਪਲੀਕੇਸ਼ਨਸ ਆ। ਚਾਹੇ ਉਹ ਅਪਲੀਕੇਸ਼ਨਸ ਆਲਰੇਡੀ ਰਿਫਿਊਜ਼ ਆ ਉਹਨੂੰ ਬਹੁਤ ਤਰੀਕੇ ਨਾਲ ਬੜੀ ਚੰਗੇ ਢੰਗ ਨਾਲ ਰਿਪਰੈਜ਼ੈਂਟ ਕੀਤਾ ਜਾਵੇ। ਚਾਹੇ 5-5 ਵਾਰ ਵੀ ਬੱਚਾ ਰਿਫਿਊਜ਼ ਆ ਉਹਨਾਂ ਦੇ ਵੀ ਵੀਜ਼ਾਜ਼ ਆ ਰਹੇ ਆ। ਤੇ ਹੁਣ ਟਾਈਮ ਕਿੰਨਾ ਕੁ ਲੱਗਦਾ ਪਿਆ ਜਦੋਂ ਬੱਚਾ ਫਾਈਲ ਲਾ ਲੈਂਦਾ ਆਪਣੀ? ਫਾਈਲ ਸਬਮਿਸ਼ਨ ਤੋਂ ਦੇਖੋ ਜੀ ਸਟੈਂਡਰਡ ਟਾਈਮ ਜਿਹੜਾ ਵਿਦਨ ਮੰਥ ਵੀਜ਼ਾਜ਼ ਆ ਰਹੇ ਆ। ਮਹੀਨੇ ਦੇ ਵਿੱਚ। ਪਰ ਕਈ ਜਿਹੜੇ ਆ ਕਿ ਵਿਦਨ ਡੇਜ਼। ਅੱਛਾ ਆਪਾਂ ਇੱਕ ਨਾ ਗੱਲ ਕਰਦੇ ਪ ਪਹਿਲਾਂ ਸਪਾਊਸ ਨਹੀਂ ਜਾਂਦਾ ਸੀ ਕੈਨੇਡਾ ਪਹਿਲਾਂ ਮੇਨ ਐਪਲੀਕੈਂਟ ਜਾਂਦਾ ਸੀ ਉਹ ਆਪਣੀ 6 ਮਹੀਨੇ ਦੀ ਪੜ੍ਹਾਈ ਪੂਰੀ ਕਰਦਾ ਸੀ ਤੇ ਜਿਹੜਾ ਉਹ ਸਪਾਊਸ ਸੀ ਉਹ ਹਸਬੰਡ ਯਾਨੀ ਉਹ ਸਪਾਊਸ ਓਪਨ ਵਰਕ ਪਰਮਿਟ ਤੇ 6 ਮਹੀਨੇ ਬਾਅਦ ਜਿਹੜਾ ਚਲ ਜਾਂਦਾ ਸੀ ਜਿਹਨੂੰ ਓਪਨ ਵਰਕ ਪਰਮਿਟ ਮਿਲਦਾ ਸੀ ਹੁਣ ਆਪਾਂ ਸ਼ੋਅ ਤੋਂ ਪਹਿਲਾਂ ਗੱਲ ਕਰਦੇ ਸੀ ਤੁਸੀਂ ਕਹਿੰਦੇ ਜੀ ਹੁਣ ਕੈਨੇਡਾ ਨੇ ਆਪਣੀ ਵੈਬਸਾਈਟ ਤੇ ਲਿਖਤਾ ਹੈ ਕਿ ਹਸਬੰਡ ਵਾਈਫ ਇਕੱਠੇ ਜਾ ਸਕਣਗੇ ਜੇ 12ਵੀਂ ਪਾਸ ਵੀ ਮੇਨ ਐਪਲੀਕੈਂਟ ਆ ਉਹ ਆਪਣੇ ਹਸਬੰਡ ਨੂੰ ਵੀ ਨਾਲ ਲੈ ਕੇ ਜਾ ਸਕਦਾ ਹੈ ਤੇ ਇਹ ਇਹ ਸੱਚਾ ਹੁਣ ਕੋਈ ਰਿਜ਼ਲਟਸ ਆਉਣੇ ਸ਼ੁਰੂ ਹੋਏ ਦੇਖੋ ਸ਼ੋ ਮਤਮ ਦੱਸਿਆ ਕਿ ਉਦੋਂ 5.5 ਬੈਂਡ ਸੀਗੇ ਫਿਰ 6 ਹੋਏ ਫਿਰ 6 ਈਚ ਆਏ ਸਮੇਂ ਦੇ ਨਾਲ ਨਾਲ ਨਾ ਬਦਲਾ ਹੁੰਦਾ ਜੋ ਕਿ ਨੇਚਰ ਦਾ ਨਿਯਮ ਵੀ ਹੈ ਸੋ ਪਹਿਲਾ ਚੀਜ਼ਾ ਹੋਰ ਸੀਗੀਆਂ ਕੈਨੇਡੀਅਨ ਗਵਰਨਮੈਂਟ ਨੇ ਸਮਝਿਆ ਔਰ ਜਸਟਿਨ ਟਰੂਡੋ ਦੇ ਅੰਤੋਂ ਬਾਅਦ ਬੜੀ ਜ਼ਿਆਦਾ ਅਪਡੇਸ਼ਨਸ ਹੋਈਆਂ ਸੋ ਜੋ ਚੰਗੀ ਚੀਜ਼ ਵੀ ਹੈ ਸਟੂਡੈਂਟਸ ਦੇ ਹੇਕ ਦੇ ਵਿੱਚ ਵੀ ਹੈਗੀ ਹੈ ਸੋ ਉਹ ਹਿੱਤ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆ ਕਿ ਪਹਿਲਾਂ ਐਪਲੀਕੇਸ਼ਨਸ ਅਦਾ ਹੁੰਦੀਆਂ ਸੀ ਕਿ ਮੇਨ ਐਪਲੀਕੇਸ਼ਨਸ ਪ੍ਰੋਸੈਸ ਹੁੰਦੀਆਂ ਸੀ ਕਿ ਜੇ ਸਪਾਊਸ ਵੀਜ਼ਾ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਪਾਊਸ ਵੀਜ਼ਾ ਦੇਣਾ ਆਸਟ੍ਰੇਲੀਆ ਨੇ ਸ਼ੁਰੂ ਕੀਤਾ ਸੀਗਾ ਉਸ ਪੈਟਰਨ ਨੂੰ ਦੇਖਦੇ ਦੇਖਦੇ ਉਸ ਦੌੜ ਦੇ ਵਿੱਚ ਯੂਕੇ ਵੀ ਚੱਲਣਾ ਸ਼ੁਰੂ ਹੋ ਗਿਆ ਫਿਰ ਕੈਨੇਡਾ ਨੇ ਡਿਪੈਂਡੈਂਟ ਐਪਲੀਕੇਸ਼ਨ ਸਟਾਰਟ ਕੀਤੀਆਂ ਉਦੋਂ ਕਿ ਮੇਨ ਐਪਲੀਕੈਂਟ ਪਹਿਲਾਂ ਚੱਲ ਜਾਊਗਾ ਇੱਕ ਸਮੈਸਟਰ ਲਗਾ ਲੂਗਾ ਸਮੈਸਟਰ ਲਗਾਉਣ ਤੋਂ ਬਾਅਦ ਸਪਾਊਸ ਦੀ ਓਪਨ ਵਰਕ ਪਰਮਿਟ ਐਪਲੀਕੇਸ਼ਨ ਜਾਂ ਆਪਾਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਕਰ ਸਕਦੇ ਸੀ ਜਾਂ ਕੋਈ ਐਦਾ ਦੇ ਵਿਆਹ ਹੋਏ ਜਿਹੜੇ ਜੈਨੂਅਲ ਨਹੀਂ ਸੀਗੇ ਜਾਂ ਕਈ ਵਾਰੀ ਸਟੂਡੈਂਟ ਜਾ ਕੇ ਉੱਥੇ ਬਦਲ ਗਿਆ ਇੱਕ ਦੋ ਬੱਚਿਆਂ ਨੇ ਸੁਸਾਈਡ ਵੀ ਅਟੈਂਪਟ ਕੀਤਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕੈਨੇਡੀਅਨ ਗਵਰਨਮੈਂਟ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਕਿ ਦੋਨੋਂ ਐਪਲੀਕੈਂਟ ਇਕੱਠੇ ਆ ਸਕਦੇ ਜਿਹੜਾ ਬੰਦਾ 4 ਮਹੀਨੇ ਬਾਅਦ ਵੀ ਆਪਾਂ ਬੁਲਾਣਾ ਪਹਿਲਾਂ ਕਿਉਂ ਨਹੀਂ ਆ ਸਕਦਾ ਸੋ ਉਹਨਾਂ ਨੇ ਆਫੀਸ਼ੀਅਲੀ ਇਸ ਚੀਜ਼ ਨੂੰ ਅਨਾਉਂਸ ਕੀਤਾ ਅੱਜ ਕੈਨੇਡਾ ਇਕਲੋਤੀ ਕੰਟਰੀ ਐਸੀ ਹੈ ਕਿ ਚਾਹੇ ਤੁਸੀਂ 12th ਹੋ ਚਾਹੇ ਡਿਪਲੋਮਾ ਹੈ ਚਾਹੇ ਬੈਚਲਰਸ ਆ ਜਾਂ ਮਾਸਟਰਸ ਹੈ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਸੋ ਸਪਾਊਸ ਪਹਿਲੇ ਦਿਨ ਤੋਂ ਨਾਲ ਜਾ ਸਕਦਾ ਇਕੱਠੇ ਟਰੈਵਲ ਕਰ ਸਕਦੇ ਹੋ ਬੜੀ ਵੱਡੀ ਅਪਡੇਟ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਸੋ ਰਿਜ਼ਲਟ ਦੀ ਵੀ ਗੱਲ ਕਰੀਏ ਆਲਮੋਸਟ ਇਸ ਟਾਈਮ ਜਿਹੜਾ ਮਰਜੀ ਐਪਲੀਕੈਂਟ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰੇ ਬਟ ਇੱਕ ਤਰੀਕੇ ਨਾਲ ਇੱਕ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਵੀਜ਼ਾਸ ਦੇਖਣ ਨੂੰ ਮਿਲਣਗੇ ਚਾਹੇ ਉਹ ਸਿੰਗਲ ਹੈ ਚਾਹੇ ਉਸ ਪਾਊਸ ਹੈ ਅੱਛਾ ਤੁਸੀਂ ਗੱਲ ਕਰਦੇ ਹੋ ਕਿ ਸਮੇਂ ਦੇ ਨਾਲ ਹਾਲਾਤ ਬਦਲਦੇ ਪਹਿਲਾਂ 5.5 ਤੇ ਵੀਜ਼ਾ ਲੱਗਦੇ ਸੀ ਫੇਰ 6 ਹੋ ਗਿਆ ਫੇਰ 8 ਹੋ ਗਿਆ ਤੇ ਹੁਣ ਕਾਫੀ ਸਮੇਂ ਬਾਅਦ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਇਸ ਮੰਜ ਤੇ ਹੁਣ ਫੀਸਾਂ ਕਿੰਨੀਆਂ ਕਿ ਲੱਗਦੀਆਂ ਕਿ ਬੱਚੇ ਨੇ ਕੈਨੇਡਾ ਪੜਨ ਜਾਣਾ 12ਵੀਂ ਪਾਸ ਬੱਚਾ ਉਹਨੂੰ ਕਿਹੜੇ ਕਿਹੜੇ ਖਰਚੇ ਇਥੇ ਕਰਨੇ ਪੈਣਗੇ ਕਿੰਨੀ ਕਿੰਨੀ ਫੀਸ ਨੂੰ ਪਹਿਲਾਂ ਭਰ ਕੇ ਜਾਣੀ ਪਊਗੀ ਸਟੈਂਡਰਡ ਦੇਖੋ ਜੀ ਕੈਨੇਡਾ ਦੋ ਚੀਜ਼ਾਂ ਮੰਗਦਾ ਪਹਿਲੀ ਚੀਜ਼ ਤੁਹਾਡੀ 1 ਸਾਲ ਦੀ ਫੀਸ ਹੂੰ ਉਹ ਤੁਹਾਡੀ ਕਰੀਬਨ 9 ਤੋਂ 10 ਲੱਖ ਰੁਪਏ ਆਂਦੀ ਹੈ ਕਾਲਜ ਤੋਂ ਕਾਲਜ ਵੈਰੀ ਕਰਦਾ ਇੰਨਾ ਕੇ ਡਿਫਰੈਂਸ ਹੈ ਕਿਸੇ ਦੀ 20 30 ਹਜ਼ਾਰ ਉੱਪਰ نیچے ਹੋ ਸਕਦੀ ਹੈ ਸਿੰਪਲ ਇਹ ਫੀਸ ਏਜੰਟ ਨਾਲ ਲੈਣੀ ਹੈ ਸਿੱਧੀ ਕਾਲਜ ਨੂੰ ਭਰਨੀ ਹੈ ਨਹੀਂ ਇਹ ਏਜੰਟ ਨੂੰ ਨਹੀਂ ਜਾਣੀ ਇਹ ਕਾਲਜ ਫੀਸ ਹੈ ਜੋ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈ ਕਿ 1 ਸਾਲ ਦੀ ਕਾਲਜ ਦੀ ਫੀਸ ਤੁਸੀਂ ਡਾਇਰੈਕਟ ਕਾਲਜ ਨੂੰ ਭਰੋ ਨਹੀਂ ਬੱਚੇ ਨੇ ਆਪਣੇ ਖਾਤੇ ਚੋਂ ਭਰਨੀ ਹੈ ਜਾਂ ਫਾਦਰ ਮਾਦਰ ਦੇ ਖਾਤੇ ਚੋਂ ਭਰਦੇ ਬੱਚੇ ਦੇ ਖਾਤੇ ਚੋਂ ਕਾਲਜ ਨੂੰ ਡਾਇਰੈਕਟ ਜਾਏਗੀ ਜਦੋਂ ਬੱਚੇ ਦਾ ਆਫਰ ਲੈਟਰ ਰਿਲੀਜ਼ ਹੋ ਕੈਨੇਡਾ ਉਹ ਚ ਡਿਟੇਲਸ ਲਿਖੀਆਂ ਕਾਲਜ ਦੀ ਬੱਚਾ ਡਾਇਰੈਕਟਰ ਨੂੰ ਕਾਲਜ ਨੂੰ ਭੇਜ ਸਕਦਾ ਹੈ ਇਸ ਤੋਂ ਇਲਾਵਾ ਕਿ ਜੀਆਈਸੀ ਅਕਾਊਂਟ ਓਪਨ ਹੁੰਦਾ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਕੀ 1 ਸਾਲ ਦਾ ਬੱਚੇ ਦਾ ਰਹਿਣ ਖਾਣ ਪੀਣ ਦਾ ਖਰਚਾ ਜੋ ਕਿ ਕੈਨੇਡਾ ਦੇ ਵਿੱਚ ਇੱਕ ਅਕਾਊਂਟ ਓਪਨ ਹੁੰਦਾ ਸਕੋਸ਼ੀਆ ਬੈਂਕ ਦੇ ਵਿੱਚ ਸੋ ਬੱਚਾ 10200 ਡਾਲਰ ਅੱਜ ਦੇ ਡਾਲਰ ਰੇਟ ਦੇ ਅਕੋਰਡਿੰਗ ਦੇਖੇ ਕੋਈ ਪੌਣੇ 6 ਲੱਖ ਰੁਪਏ ਬੰਦਾ ਸੋ ਉਹ ਬੱਚਾ ਕੈਨੇਡਾ ਦੇ ਵਿੱਚ ਟ੍ਰਾਂਸਫਰ ਕਰਦਾ ਜਿਹਦੇ ਵਿੱਚ ਬੱਚੇ ਨੂੰ ਸਾਲ ਰਹਿ ਇਸ ਤੋਂ ਇਲਾਵਾ 3500 ਰੁਪਏ ਦੀ ਡਾਕਟਰੀ ਹੁੰਦੀ ਹੈ ਉਹ ਮੈਡੀਕਲ ਬੱਚਾ ਲੁਧਿਆਣੇ ਤੋਂ ਕਰਾ ਸਕਦਾ ਚੰਡੀਗੜ੍ਹ ਜਾਂ ਮੁਹੱਲੀ ਤੋਂ ਕਰਾ ਸਕਦਾ ਪੰਜਾਬ ਬੱਚਿਆਂ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਐਮਬੈਸੀ ਫੀਸ ਹੈ 235 ਡਾਲਰ 150 ਡਾਲਰ ਜਿਹੜੀ ਤਾਂ ਐਮਬੈਸੀ ਫੀਸ ਔਰ 85 ਡਾਲਰ ਬਾਇਓਮੈਟ੍ਰਿਕ ਫੀਸ ਉਹ ਬੱਚੇ ਦੇ ਕਾਰਡ ਤੋਂ ਕੱਟੇ ਜਾਣਗੇ ਸਿੰਪਲ ਜੀ ਚੀਜ਼ ਸਮਝੀ ਜਾਵੇ ਫੀਸ ਡਾਇਰੈਕਟ ਕਾਲਜ ਨੂੰ ਰਹਿਣ ਖਾਣ ਪੀਣ ਦਾ ਖਰਚਾ ਡਾਇਰੈਕਟ ਜੀਆਈਸੀ ਅਕਾਊਂਟ 'ਚ ਮੈਡੀਕਲ ਦੇ ਪੈਸੇ ਡਾਇਰੈਕਟ ਡਾਕਟਰ ਨੂੰ ਔਰ ਅੰਬੈਸੀ ਵੀਜ਼ ਬੱਚੇ ਦਾ ਕਾਰਡ ਤੋਂ ਡਾਇਰੈਕਟ ਅੰਬੈਸੀ ਨੂੰ ਏਜੰਟ ਨੂੰ ਕੁਛ ਨਹੀਂ ਦੇਣਾ ਇਹਦੇ ਵਿੱਚ ਹਾਂ ਠੀਕ ਹੈ ਜੀ ਤਾਂ ਜੋ ਏਜੰਟ ਦੀ ਫੀਸ ਵੱਧਦੀ ਫੀਸ ਉਹ ਪਹਿਲਾਂ ਇਹ ਗੱਲ ਆਪਣੀ ਕੰਸਲਟੈਂਸੀ ਫੀਸ ਹੈ ਉਹ ਹਰ ਇੱਕ ਏਜੰਟ ਦੀ ਵੈਰੀ ਕਰੇਗਾ ਉਹ ਅਕੋਰਡਿੰਗ ਟੂ ਦੀ ਏਜੰਟ ਹੈ ਕੀ ਸਿਲੈਕਸ਼ਨ ਸਟੈਂਡਰਡ ਜਿਹੜੀ ਹੈ ਇਹਦੇ ਵਿੱਚ ਜੀ ਸਾਨੂੰ ਸਭ ਸਾਡਾ ਅਸਲੀ ਮਕਸਦ ਹੈ ਕਿ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣਾ ਹੈ ਜਾਗਰੂਕ ਕਰਨਾ ਹੈ ਕਈ ਵਾਰ ਵੇਖਦੇ ਕਿ ਏਜੰਟ ਕਹਿੰਦਾ ਜੀ ਇੰਨੇ ਕ ਪੈਸੇ ਲੱਗ ਜਾਣਗੇ ਤੁਸੀਂ ਲਓ ਸਾਰੇ ਪੈਸੇ ਇਕੱਠੇ ਕਰਕੇ ਲੈ ਆਓ ਉਹ ਫਿਰ ਲੋਕ ਵਿਚਾਰੇ ਤੁਹਾਨੂੰ ਪਤਾ ਭੋਲੇ ਭਾਲੇ ਲੋਕ ਆ ਪੈਸਾ ਲੈ ਕੇ ਚਲ ਜਾਂਦੇ ਆ ਫਿਰ ਨਾ ਵੀਜ਼ਾ ਮਿਲਦਾ ਨਾ ਪੈਸੇ ਬਚਦੇ ਸੋ ਇਹ ਗੱਲ ਬਹੁਤ ਵਧੀਆ ਕਿ ਆਪਣੀ ਫੀਸ ਜਿਹੜੀ ਆ ਉਹ ਸਿੱਧੀ ਕਾਲਜ ਦੇ ਖਾਤੇ ਚ ਭੇਜੋ ਜਿਹੜਾ GIC ਆ ਉਹ ਸਿੱਧਾ ਬੈਂਕ ਦੇ ਖਾਤੇ 'ਚ ਜੋ ਤੁਸੀਂ ਬੈਂਕ ਨੋਵਾ ਸਕੋਸ਼ੀਆ ਜਿਹੜਾ ਬੈਂਕ ਆ ਉੱਥੇ ਭੇਜਣਾ ਜਾਂ ICICI ਬੈਂਕ ਜਾਂ ਬੈਂਕ ਆ ਮੌਨਟਰੀਆ ਜਿੱਥੇ ਬੱਚਾ ਦਾ ਖਾਤਾ ਖੁੱਲਦਾ ਉੱਥੇ ਭੇਜਣਾ ਡਾਕਟਰੀ ਤੁਸੀਂ ਲੁਧਿਆਣੇ ਤੋਂ ਕਰਾ ਲੈਣੀ ਹੈ ਜਿੱਥੇ ਤੁਹਾਨੂੰ ਡੀਟਸ ਮਿਲਦੀਆਂ ਉੱਥੇ ਤੁਸੀਂ ਕਰਾ ਲੈਣੀ ਹੈ ਅੰਬੈਸੀ ਫੀਸ ਤੁਸੀਂ ਆਪਣੇ ਕਾਰਡ ਤੋਂ ਭਰ ਲੈਣੀ ਹੈ ਇਸ ਲਈ ਕਿਸੇ ਵੀ ਕੈਸ਼ ਦਾ ਕੋਈ ਕੰਮ ਹੀ ਨਹੀਂ ਆ ਹਰ ਇੱਕ ਚੀਜ਼ ਜਿਹੜੀ ਆ ਉਹ ਬੈਂਕ ਤੋਂ ਬੈਂਕ ਜਿਹੜੀ ਚੀਜ਼ਾਂ ਟਰਾਂਸਫਰ ਹੋਣੀਆਂ ਔਰ 15 ਤੋਂ ਲੈ ਕੇ 30 ਦਿਨ ਦੇ ਵਿੱਚ ਕਿੰਦੇ ਰਿਜ਼ਲਟ ਆ ਰਿਹਾ ਇਨਟੇਕਸ ਡਿਪੈਂਡ ਕਰਦਾ ਹੈ ਕੀ ਤੁਸੀਂ ਕਦੋਂ ਅਪਲਾਈ ਕਰਦੇ ਹੋ ਹੁਣ ਜੇ ਕੋਈ ਬੱਚਾ ਅਪਲਾਈ ਕਰਦਾ ਹੈ 12ਵੀਂ ਲਈ ਗ੍ਰੈਜੂਏਸ਼ਨ ਲਈ ਤੇ ਸਤੰਬਰਿੰਟ ਇੱਕ ਮਿਲ ਜੂ ਜਾਂ ਜਨਵਰੀ ਚ ਬਿਲਕੁਲ ਅਗਰ ਹੁਣ ਬੱਚਾ ਜਿਹੜਾ ਅਪਲਾਈ ਕਰਨਾ ਚਾਹੁੰਦਾ ਸੋ ਅਹੀ ਮਹੀਨਾ ਜਿਹੜਾ ਲਾਸਟ 15 ਦਿਨਾਂ ਦੇ ਵਿੱਚ ਜਿਹੜੀ ਜਿਹੜੀ ਐਪਲੀਕੇਸ਼ਨਸ ਫਾਈਲ ਹੁੰਦੀਆਂ ਉਹ ਆਪਾਂ ਸਪਟੰਬਰ ਇਨਟੇਕ ਦੇ ਲਈ ਕਰ ਸਕਦੇ ਆ ਅਦਰਵਾਈਜ਼ ਸਵਿਚ ਕਰਕੇ ਬੱਚਾ ਜਨਨ ਟੇਕ ਦੇ ਲਈ ਜਾਏਗਾ ਜੀ ਸੋ ਹੁਣ ਜਿਹੜੇ 15 ਦਿਨਾਂ ਚ ਐਪਲੀਕੇਸ਼ਨਸ ਪ੍ਰੋਸੈਸ ਹੋਣਗੀਆਂ ਜਿਹਦੇ ਕੋਲ ਸਾਰੇ ਡਾਕੂਮੈਂਟੇਸ਼ਨ ਕਲੀਅਰ ਆ ਪੇਮੈਂਟਸ ਆਲਰੇਡੀ ਅਰੇਂਜ ਹੈ ਕਈ ਵਾਰੀ ਕਿ ਹੁੰਦਾ ਕਿ ਬੱਚਾ ਆਫ ਲੈਟਰ ਅਪਲਾਈ ਕਰ ਲੈਂਦਾ ਪੇਮੈਂਟ ਮਹੀਨਾ ਮਹੀਨਾ ਅਰੇਂਜ ਨਹੀਂ ਹੁੰਦੀ ਜਿਹੜੇ ਐਪਲੀਕੈਂਟ ਕੋਲ ਸਾਰਾ ਕੁਝ ਅਰੇਂਜ ਹੈਗਾ 15 ਦਿਨਾਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਕਰੋਗੇ ਉਹ ਸਪਟੰਬਰਿੰ ਟੇਕ ਲਈ ਜਾ ਸਕਦਾ ਹੈ ਅਦਰਵਾਈਜ਼ ਤੁਸੀਂ ਅਗਲੇ 2024 ਦੇ ਜਨਵਰੀ ਟੇਕ ਦੇ ਲਈ ਐਪਲੀਕੇਸ਼ਨ ਪ੍ਰੋਸੈਸ ਕਰੋ ਅੱਛਾ ਇੱਕ ਚੀਜ਼ ਹੋਰ ਦੱਸੋ ਮੈਨੂੰ ਇੱਥੇ ਕਿ ਕਈ ਵਾਰ ਨਾ ਯੂਨੀਵਰਸਿਟੀ ਚ ਬੱਚਾ ਐਡਮਿਸ਼ਨ ਲੈ ਲੈਂਦਾ ਡਿਗਰੀ ਕੋਰਸ ਤੇ ਉਹ ਬਾਅਦ ਚ ਕਹਿੰਦਾ ਨਹੀਂ ਜੀ ਫਲਾਣੇ ਬੱਚੇ ਨੇ ਤਾਂ ਡਿਪਲੋਮਾ ਚ ਲਿਆ ਜੀ ਮੈਨੂੰ ਡਿਪਲੋਮਾ ਚ ਪਾ ਦਿਓ ਸੋ ਇਹ ਡਿਗਰੀ ਤੇ ਡਿਪਲੋਮਾ ਦਾ ਕੋਈ ਫਰਕ ਹੁੰਦਾ ਜੀ ਦੇਖੋ ਸਰ ਕੈਨੇਡਾ ਥੋੜਾ ਜਿਹਾ ਅਲੱਗ ਤਰੀਕੇ ਦੇ ਨਾਲ ਚੱਲਦਾ ਹੈ ਅਗਰ ਆਪਾਂ ਇਹਦੀ ਗੱਲ ਕਰਦੇ ਹਾਂ ਡਿਪਲੋਮਾ ਜਿਹੜੇ ਉਹ ਟਾਈਮ ਕੰਜ਼ੂਮ ਕਰ ਦਿੰਦਾ ਬੱਚੇ ਦਾ ਠੀਕ ਹੈ ਡਿਗਰੀ ਜਿਹੜੀ ਹੈ ਸਟੈਂਡਰਡ 3 ਤੋਂ 4 ਸਾਲ ਦੀਆਂ ਚੱਲਦੀਆਂ ਚੀਜ਼ मोस्टਲੀ 90% 3 ਸਾਲ ਦੀ ਹੈ 10% ਜਿਹੜੀ ਹੈਗੀ ਹੈ ਉਹ 4 ਸਾਲ ਦੀ ਚੱਲਦੀ ਹੈ ਹੁਣ ਉਹੀ ਚੀਜ਼ ਜਿਹੜੀ ਹੈ ਕੈਨੇਡੀਅਨ ਡਿਪਲੋਮਸ ਜਿਹੜੇ ਇਕੁਇਵਲੈਂਟ ਟੂ ਅਦਰ ਕੰਟਰੀਜ਼ ਦੇ ਡਿਗਰੀਜ਼ ਦੇ ਬਰਾਬਰ ਹੈ ਸੋ ਬੱਚਾ ਆਪਣਾ 2 ਸਾਲ ਦਾ ਡਿਪਲੋਮਾ ਕਰਦਾ ਉਸ ਤੋਂ ਬਾਅਦ 2 ਤੋਂ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਇਹਦੇ ਵਿੱਚੇ ਬੱਚੇ ਨੂੰ ਐਜੂਕੇਸ਼ਨ ਇਨ ਕੈਨੇਡਾ ਐਕਸਪੀਰੀਅੰਸ ਇਨ ਕੈਨੇਡਾ ਦੇ ਪੁਆਇੰਟ ਪਾ ਕੇ ਉਹਦੀ ਏਜ ਲੈਂਗੁਏਜ ਪ੍ਰੋਫੀਸ਼ੈਂਸੀ ਟੈਸਟ ਅਡਾਪੇਬਿਲਿਟੀ ਸਾਰੇ ਜਿਹੜੇ ਪੁਆਇੰਟਸ ਕੈਲਕੂਲੇਟ ਕਰਕੇ ਬੱਚੇ ਦੀ ਪੀਆਰ ਹੋ ਜਾਂਦੀ ਹੈ ਇਨਸਟੈਡ ਅਗਰ ਕੋਈ ਬੱਚਾ ਡਿਗਰੀ ਕਰਨਾ ਚਾਹੁੰਦਾ ਹੈ ਡਿਫਰੈਂਸ ਦੋ ਆਣਗੇ ਪਹਿਲਾ ਤਾਂ ਉਹਦਾ ਟਾਈਮ ਵੱਜ ਜਾਏਗਾ ਦੂਸਰੀ ਚੀਜ਼ ਉਹਦੀ ਫੀਸ ਮਹਿੰਗੀ ਹੁੰਦੀ ਹੈ ਯੂਨੀਵਰਸਿਟੀ ਦੀ ਕੰਪੈਟਿਟਿਵਲੀ ਅਗਰ ਆਪਾਂ ਗੱਲ ਕਰਦੇ ਹਾਂ ਜਿੱਥੇ ਡਿਪਲੋਮਾ ਦੀ ਫੀਸ ਤੁਸੀਂ ਸਾਲ ਦੀ 9 ਤੋਂ 10 ਲੱਖ ਦੇ ਹੁੰਦੇ ਹੋ ਡਿਗਰੀ ਦੀ ਫੀਸ 13 ਤੋਂ 14 ਲੱਖ ਹੋ ਜਾਏਗੀ ਇਹ ਡਿਫਰੈਂਸ ਪੇ ਕਰ ਚਾਹ ਜਿਆਦਾ ਹੋਰ ਕੋਈ ਡਿਫਰੈਂਸ ਨਹੀਂ ਆਉਂਦਾ ਫਾਇਦਾ ਕੀ ਹੈ ਡਿਗਰੀ ਕਰਨ ਚ ਫਾਇਦਾ ਹੈ ਕਿ ਡਿਪਲੋਮਾ ਕਰ ਚਾ ਫਾਇਦਾ ਦੇਖੋ ਸਰ ਅਲਟੀਮੇਟਲੀ ਕੀ ਚੀਜ਼ ਹੈ ਕੀ ਹੈ ਕਿ ਤੁਸੀਂ ਚਾਹਦੇ ਕੀ ਹੋ ਫਿਊਚਰ ਦੇ ਵਿੱਚ ਹੁਣ ਇੱਕ ਸਟੂਡੈਂਟ ਆਂਦਾ ਕਹਿੰਦਾ ਪਾਜੀ ਮੈਂ ਪੀਆਰ ਚਾਹਨਾ ਉਹ ਡਿਪਲੋਮਾ ਵੀ ਕਰ ਸਕਦਾ ਜੀ ਉਹ ਪੀਆਰ ਹੋ ਜਾਏਗਾ ਦਿੱਕਤ ਕੋਈ ਨਹੀਂ ਹੈ ਅੱਜ ਸਭ ਤੋਂ ਫਾਸਟ ਵਰਲਡ ਦੀ ਅਗਰ ਪੀਆਰ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਐਜੂਕੇਸ਼ਨ ਕਰਕੇ ਲੈਣਾ ਚਾਹੁੰਦੇ ਹੋ ਤੋਂ ਕੈਨੇਡਾ ਹੈ ਜਿਹੜੀ 3 ਤੋਂ 4 ਸਾਲਾਂ ਦੇ ਬੱਚਿਆਂ ਨੂੰ ਪੀਆਰ ਦੇ ਦਿੰਦੀ ਹੈ ਹੁਣ ਦੂਸਰਾ ਗੋਲ ਆ ਜਾਂਦਾ ਹੈ ਕਿ ਜਿਹੜਾ ਬੰਦਾ ਕਹਿੰਦਾ ਕਿ ਮੈਂ ਇਸ ਪਾਰਟਿਕੂਲਰ ਲਾਈਨ ਦੇ ਵਿੱਚ ਐਕਸਪਰਟਿਸ ਚਾਹਨਾ ਮੈਂ ਅਗਰ ਡਿਪਲੋਮਾ ਕਰਦਾ ਇੱਕ ਮੈਨੂੰ ਡਿਪਲੋਮਾ ਦਾ ਲੈਵਲ ਹੈ ਲੈਵਲ 5 6 ਕਾਈਂਡ ਆਫ ਕਹ ਲਿਓ ਹੁਣ ਮੈਂ ਲੈਵਲ 7 ਦਾ ਪੜ੍ਹਨਾ ਚਾਹਨਾ ਵਾ ਬੈਚਲਰ ਡਿਗਰੀ ਉਬੈਚਲਰ ਡਿਗਰੀ ਮੇਰੇ ਗੋਲਸ ਕੀਏ ਗਏ ਇੱਕ ਚੀਜ਼ ਹੁੰਦੀ ਹੈ ਕਿ ਬੰਦਾ ਕਹਿੰਦਾ ਮੈਂ ਸਿਰਫ ਪੀਆਰ ਲੈਣੀ ਉਹ ਡਿਪਲੋਮਾ ਕਰਕੇ ਲੈ ਸਕਦਾ ਹੂੰ ਦੂਸਰੀ ਚੀਜ਼ ਬੰਦੇ ਨੇ ਬਹੁਤ ਵੱਡਾ ਸੋਚਿਆ ਕਿ ਮੈਂ ਆਪਦਾ ਕਾਰਪੋਰੇਟ ਕਰਨਾ ਹੈ ਜਾਂ ਮੈਂ ਇਸ ਮਕਾਮ ਤੇ ਪਹੁੰਚਣਾ ਚਾਹੁੰਦਾ ਉਹ ਬੈਚਲਰ ਕਰੇ ਉਸ ਤੋਂ ਬਾਅਦ ਉਹ ਮਾਸਟਰ ਕਰਦਾ ਹੈ ਪੀਐਸਡੀ ਜਾਂ ਡਾਕਟੋਰੇਟ ਲੈਵਲ ਤੱਕ ਵੀ ਜਾ ਸਕਦਾ ਸਮਾਂ ਕੱਟ ਸਮਾਂ ਕੱਟਾ ਸਾਡੇ ਸ਼ੋਅ ਦੇ ਵਿੱਚ ਹੁਣ ਆਪਾਂ ਇਹ ਜਾਂਦੇ ਬਾਰੇ ਵੀ ਦੱਸ ਦਈਏ ਕਿ ਜੇ ਬੱਚੇ ਨੇ ਅਪਲਾਈ ਕਰਨਾ ਹੈ ਤੇ ਕਿਹੜੀ ਕਿਹੜੀ ਚੀਜ਼ਾਂ ਉਹ ਤਿਆਰ ਹੋਣੇ ਚਾਹੀਦੀਆਂ ਕਿਹੜੀ ਕਿਹੜੀ ਚੀਜ਼ ਚਾਹੀਦੀ ਹੁੰਦੀ ਹੈ ਵੀਜ਼ਾ ਅਪਲਾਈ ਕਰਨ ਲਈ ਦੇਖੋ ਸਿੰਪਲ ਜੀ ਚੀਜ਼ ਹੈ ਬੱਚੇ ਦੇ ਅਕਾਡੈਮਿਕਸ ਚਾਹੀਦੇ ਸਾਨੂੰ 10th ਆਨਵਰਡ 10th 12th ਅਗਰ ਇਸ ਤੋਂ ਬਾਅਦ ਕਿਤਾ ਡਿਪਲੋਮਾ ਉਹ ਲਗਾ ਸਕਦੇ ਹੋ ਬੈਚਲਰਸ ਜਾਂ ਮਾਸਟਰਸ ਉਹ ਲਗਾ ਸਕਦੇ ਹੋ ਨਾਲ ਉਹਦੇ ਪਾਸਪੋਰਟ ਚਾਹੀਦਾ ਜੀ ਲੈਂਗੁਏਜ ਪ੍ਰੋਫੀਸ਼ੈਂਸੀ ਟੈਸਟ आइल्स की है पी टी की है या अपकमिंग जी सैल्फिल भी स्टार्ट हो जाएगा टॉफिल भी स्टार्ट हो जाएगा बट रीसेंट जी एप्लीकेशन आयल्स पी टी के उपर हो रही हैं इस तो अलावा अगर किसी का कोई गैप है ਐਗਜ਼ਾਮਪਲ ਕੋਈ ਗ੍ਰੈਜੂਏਟ ਆ 2-4 ਸਾਲ ਦਾ ਉਹਨੂੰ ਐਕਸਪੀਰੀਅੰਸ ਹੈਗਾ ਉਹ ਲਗਾ ਕੇ ਗੈਪ ਜਸਟੀਫਿਕੇਸ਼ਨ ਨਾਲ ਅਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦਾ ਤੁਹਾਡੇ ਕੋਲ 1 ਸਾਲ ਦੀ ਫੀਸ 1 ਸਾਲ ਦਾ ਰਹਿਣ ਖਾਣ ਪੀਣ ਦਾ ਖਰਚਾ ਮਤਲਬ 16 ਤੋਂ 17 ਲੱਖ ਰੁਪਏ ਚਾਹੀਦਾ ਜੀ ਸੋ ਇਹ ਬੇਸਿਕਸ ਰਹਿਣਗੇ ਜਿਹਦੇ ਨਾਲ ਆਪਣੀ ਅਪਲੀਕੇਸ਼ਨ ਨੂੰ ਤੁਸੀਂ ਪ੍ਰੋਸੈਸ ਕਰ ਸਕਦੇ ਅੱਛਾ ਇੱਕ ਆਖਰੀ ਸਵਾਲ ਫਿਰ ਪ੍ਰੋਗਰਾਮ ਸਮਾਪਤ ਕਰਾਂਗੇ ਪੀਟੀ ਦੀ ਤੁਸੀਂ ਗੱਲ ਕੀਤੀ ਕਿ ਆਇਲਸ ਤੇ ਪੀਟੀ ਪੀਟੀ ਤੇ ਮਾਰਕੀਟ ਚ ਰੌਲਾ ਬਹੁਤ ਆ ਕਹਿੰਦੇ ਜੀ ਵੀਜ਼ਾ ਨਹੀਂ ਆ ਰਹੇ ਪੀਟੀ ਰਿਫਿਊਜ਼ ਹੋ ਰਿਹਾ ਹੈ ਕੀ ਸੱਚੀ ਰਿਫਿਊਜ਼ ਹੋ ਰਹੀ ਪੀਟੀ ਇਦਾਂ ਨਹੀਂ ਅਸੀਂ ਕਹਿ ਸਕਦੇ ਹਰ ਇੱਕ ਕੰਸਲਟੈਂਟ ਦਾ ਆਪਣਾ ਤਰੀਕਾ ਹੈ ਫਾਈਲ ਨੂੰ ਰਿਪਰੈਜ਼ੈਂਟ ਕਰਨ ਦਾ ਔਰ ਪ੍ਰੋਫਾਈਲ ਓਵਰঅল ਦੇ ਉੱਤੇ ਵੀਜ਼ਾ ਮਿਲਦਾ ਕੱਲਾ ਆਈਲਸਾ ਪੀਟੀ ਤੇ ਨਹੀਂ ਮਿਲਦਾ ਹਾਂ ਇਹ ਗੱਲ ਟਰੂਥ ਹੈ ਕਿ ਕੰਪੈਰੀਟਿਵਲੀ ਅਗਰ ਮੈਂ ਦੇਖਾਂ ਜਿੱਥੇ 90% ਰਿਜ਼ਲਟ ਆਇਆ ਉਸ ਦਾ 70% ਪੀਟੀ ਦਾ ਇਹ ਡਿਫਰੈਂਸ ਜ਼ਰੂਰ ਹੈਗਾ ਇਸ ਚੀਜ਼ ਨੂੰ ਅਸੀਂ ਡਿਕਲਾਈਨ ਨਹੀਂ ਕਰ ਸਕਦੇ ਬਟ ਓਵਰঅল ਪ੍ਰੋਫਾਈਲ ਤੇ ਵੀ ਡਿਪੈਂਡ ਕਰੇਗਾ ਜੀ ਫਾਈਲ ਹੈ ਕੀ ਹੈ ਉਹਦੇ ਵਿੱਚ ਕਿਹੜਾ ਕੋਰਸ ਹੈ ਕੋਰਸ ਸਿਲੈਕਸ਼ਨ ਬੜਾ ਜ਼ਰੂਰੀ ਹੈ ਕਈ ਵਾਰੀ ਕੀ ਹੁੰਦਾ ਕਿ ਕੋਰਸ ਸੀ ਕੁਝ ਪੜਿਆ ਹੁੰਦਾ ਬਟ ਅੱਗੇ ਪ੍ਰੋਗਰਾਮ ਕੋਸ਼ਿਸ਼ ਦਿੰਨੇ ਆ ਆਸਟ੍ਰੇਲੀਆ 'ਚ ਚੱਲਦਾ ਯੂ ਐਸ ਏ ਚੱਲਦਾ ਯੂ ਕੇ ਚੱਲਦਾ ਬਟ ਕੈਨੇਡਾ ਕਨਸੀਡਰ ਨਹੀਂ ਕਰਦਾ ਤੁਸੀਂ ਪ੍ਰੋਗਰੈਸ਼ਨ ਲੈ ਕੇ ਸੇਮ ਰੈਲੇਵੈਂਟ ਕੋਰਸ ਲੈਨੇ ਉਰਚ ਵੀ ਵੀਜ਼ਾਸ ਲੱਗਦੇ ਸੋ ਛੋਟੀਆਂ ਛੋਟੀਆਂ ਕਈਆਂ ਦੀ ਗਲਤੀਆਂ ਹੋ ਜਾਂਦੀਆਂ ਬਟ ਓਵਰਆਲ ਪ੍ਰੋਫਾਈਲ ਤੇ ਵੀਜ਼ਾ ਮਿਲੇਗਾ ਕੱਲਾ ਇਹ ਚੀਜ਼ ਨੂੰ ਕਹਿਣਾ ਸਹੀ ਨਹੀਂ ਹੈਗਾ ਕਿ ਪੀਟੀ ਤੇ ਰਿਫਿਊਜ਼ਲ ਹੁੰਦੀ ਹੈ ਹਾਲਸ ਤੇ ਵੀਜ਼ੇ ਲੱਗਦੇ ਆ ਅੱਛਾ ਕੈਨੇਡਾ ਦੀ ਗੱਲ ਕਰੀਏ ਤਾਂ ਅਸੀਂ ਅੱਜ ਕੈਨੇਡਾ ਦਾ ਚਰਚਾ ਕਰਦੇ ਵੇ ਜਿਹੜੇ ਬੱਚੇ ਬਾਹਰ ਜਾ ਸਟੂਡੈਂਟ ਜਾਣਾ ਚਾਹੁੰਦੇ ਆ ਕੁਝ ਇੱਕ ਕੰਸਲਟੈਂਟ ਕਹਿੰਦੇ ਆ ਜੀ ਸੋਸ਼ਲ ਮੀਡੀਆ ਤੇ ਆ ਕੇ ਅਖਬਾਰਾਂ ਦੇ ਵਿੱਚ ਆ ਕੇ ਜਾਂ ਫਿਰ ਜਿਵੇਂ ਟੀਵੀ ਚੈਨਲ ਦੇ ਵਕ ਵਕ ਚੈਨਲ ਤੇ ਬੋਲਦੇ ਆ ਕਿ ਆ ਸੀਟਾਂ ਮੁਕਾਬਲੇ ਸਰਕਾਰੀ ਕਾਲਜ 43 ਸਰਕਾਰੀ ਕਾਲਜ ਤੋਂ ਸ਼ਿਕਾਇਤ ਹੈਗੇ ਆ ਹੁਣ ਸਾਰੇ 43 ਕਾਲਜਾਂ ਦੇ ਵਿੱਚ ਤਾਂ ਪੰਜਾਬ ਦਾ ਬੱਚਾ ਜਾ ਨਹੀਂ ਸਕਦਾ ਕਈਆਂ ਦੀ ਰਿਕੁਆਇਰਮੈਂਟ ਜਿਆਦੀ ਹੋ ਜਾਂਦੀ ਹੈ ਕਈਆਂ ਦੀ ਸੀਟਾਂ ਭਰ ਜਾਂਦੀ ਹੈ ਫਿਰ ਬੱਚਾ ਕਹਿੰਦਾ ਮੈਂ ਆਪਣਾ ਸਾਲ ਖਰਾਬ ਨਾ ਕਰਾਂ ਤਾਂ ਮੈਂ ਪ੍ਰਾਈਵੇਟ ਕਾਲਜ ਚ ਚਲ ਜਾ ਹੁਣ ਸਰਕਾਰੀ ਕਾਲਜ ਤੇ ਪ੍ਰਾਈਵੇਟ ਕਾਲਜ ਵਿੱਚ ਫਰਕ ਕੀ ਆ ਕੀ ਬੱਚੇ ਨੂੰ ਪ੍ਰਾਈਵੇਟ ਕਾਲਜ ਜਾਣਾ ਚਾਹੀਦਾ ਜੇ ਇਹਨੂੰ ਸਰਕਾਰੀ ਸੀਟ ਨਹੀਂ ਮਿਲਦੀ ਜਾਂ ਫਿਰ ਵੇਟ ਕਰਕੇ ਸਰਕਾਰੀ ਚ ਜਾਣਾ ਚਾਹੀਦਾ ਦੇਖੋ ਸਰ ਜਿਹੜਾ ਤਾਂ ਅਗਸਟ ਸਟੂਡੈਂਟ ਜਨਰਲ ਨੂੰ ਕੋਈ ਡਿਫਰੈਂਸ ਨਹੀਂ ਹੈ এডੂਕੇਸ਼ਨ ਸਰਕਾਰੀ ਚ ਵੀ ਹੋਏਗੀ এডੂਕੇਸ਼ਨ ਪ੍ਰਾਈਵੇਟ ਚ ਵੀ ਹੋਏਗੀ ਡਿਫਰੈਂਸ ਬਸ ਦੋ ਤਰੀਕੇ ਦੇ ਹੁੰਦੇ ਕਿ ਪ੍ਰਾਈਵੇਟ ਕਾਲਜਸ ਸਮ ਕਾਲਜਸ ਐਸੇ ਆ ਕਿ ਡੀਐਲਆਈ ਨੰਬਰ ਅਪਰੂਵ ਹੋਣ ਤੋਂ ਬਾਅਦ ਵੀ ਉਹਨਾਂ ਕੋਲ ਵਰਕ ਪਰਮਿਟ ਨਹੀਂਗਾ ਹੂੰ ਤਦੀ ਇੰਟੈਂਸ਼ਨਸ ਕੀ ਹੈ ਗਿਆ ਡਿਪੈਂਡ ਕਰੇਗਾ ਉਸ ਚੀਜ਼ ਉਤੇ ਤੇ ਕਈ ਕਾਲਜਿਸ ਐਸੇ ਆ ਪ੍ਰਾਈਵੇਟ ਜਿਨ੍ਹਾਂ ਚ ਵਰਕ ਪਰਮਿਟ ਅਵੇਲੇਬਲ ਆ ਸਿਰਫ ਇੰਨਾ ਕੁ ਡਿਫਰੈਂਸ ਆਂਦਾ ਸੋ ਇੱਕ ਵੀਜ਼ਾ ਮਾਰ ਨੂੰ ਅਸੀਂ ਆਪਣੇ ਸਟੂਡੀਓ ਵਿੱਚ ਬੁਲਾਇਆ ਓਮ ਗਲੋਬਲ ਤੋਂ ਰਿੱਕੀ ਸੰਧੂ ਜੀ ਸਾਡਾ ਹਾਜ਼ਰ ਸੀ ਸੋ ਸ਼ੋਅ ਦੇ ਦੌਰਾਨ ਅਸੀਂ ਨੰਬਰ ਟੀਵੀ ਸਕਰੀਨ ਤੇ ਅਸੀਂ ਚਲਾਏ ਤੁਸੀਂ ਉਹ ਨੰਬਰ ਨੋਟ ਵੀ ਕਰ ਲਿਆ ਹੋਊਗਾ ਜੇਕਰ ਰਹਿ ਗਿਆ ਤੇ ਤੁਸੀਂ ਉਹ ਨੰਬਰ ਤੇ ਦੁਬਾਰਾ ਕਾਲ ਕਰ ਸਕਦੇ ਹੋ ਸ਼ੋਅ ਤੋਂ ਬਾਅਦ ਤੁਹਾਨੂੰ तमाम ਜਾਣਕਾਰੀ ਦਿੱਤੀ ਜਾਊਗੀ ਤੁਸੀਂ ਆਪਣੇ ਬੱਚਿਆਂ ਨੂੰ ਕਾਨੂੰਨੀ ਤਰੀਕੇ ਨਾਲ ਬਾਹਰ ਭੇਜਣਾ ਚਾਹੁੰਦੇ ਹੋ ਤੇ ਬਹੁਤ ਸਾਰੇ ਚੰਗੇ ਕੰਸਲਟੈਂਟ ਵੀ ਕੰਮ ਕਰ ਰਹੇ ਨੇ ਜਿੱ ਜੇ ਕੋਈ ਗੱਲਬਾਤ ਨਹੀਂ ਸਮਝ ਆਉਂਦੀ ਤਾਂ ਹੈਲਪਲਾਈਨ ਨੰਬਰ ਅਸੀਂ ਹੁਣੇ ਚਲਾਇਆ ਸੀ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਦੁਬਾਰਾ ਜਾਣਕਾਰੀ ਲੈ ਸਕਦੇ ਹੋ ਫਾਈਲ ਜਿਹੜਾ ਵੀ ਕੰਸਲਟੈਂਟ ਤੁਹਾਨੂੰ ਚੰਗਾ ਲੱਗੇ ਉੱਥੋਂ ਅਪਲਾਈ ਕਰੋ ਪਰ ਅਸੀਂ ਇਹੀ ਰეკਮੈਂਡ ਕਰਦੇ ਹਾਂ ਕਿ ਮੰਜੂਰਸ਼ੂ ਦਾ ਕੰਸਲਟੈਂਟ ਜੋ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਨੇ ਉਨਾ ਕੋਲ ਹੀ ਆਪਣੇ ਕੇਸ ਅਪਲਾਈ ਕਰੋ ਕਿਸੇ ਨੂੰ ਕੈਸ਼ ਪੈਸੇ ਨਾ ਦਿਓ ਜੋ ਯੂਨੀਵਰਸਿਟੀ ਫੀਸ ਹੈ ਯੂਨੀਵਰਸਿਟੀ ਦੇ ਖਾਤੇ 'ਤੇ ਜੋ ਜੀਆਈਸੀ ਫੀਸ ਜੀਆਈਸ ਨੂੰ ਦੋ ਮੈਡੀਕਲ ਦੀ ਫੀਸ ਮੈਡੀਕਲ ਨੂੰ ਦੋ ਤੇ ਐਂਬੈਸੀ ਫੀਸ ਚਾਹੇ ਆਪਣੇ ਕਾਰਡ ਤੋਂ ਕਟਾ ਲਓ ਕੈਸ਼ ਪੈਸਾ ਨਾ ਦਿਓ ਸੋ ਹਜੇ ਵੀ ਸਤੰਬਰ ਇਨਟੇਕ ਲਈ ਸੀਟਾਂ ਖਾਲੀ ਪਈਆਂ ਨੇ ਜਿਹੜੇ ਬੱਚੇ ਬਾਹਰਲੇ ਮੁਲਕ ਕੈਨੇਡਾ ਜਾਣਾ ਚਾਹੁੰਦੇ ਨੇ ਸਤੰਬਰ ਦੇ ਲਈ ਹਜੇ ਵੀ ਸੀਟ ਅਪਲਾਈ ਕਰ ਸਕਦੇ ਨੇ ਜਨਰਲੀ ਸੀਟਾਂ ਓਪਨ ਹੋ ਚੁੱਕੀਆਂ ਨੇ ਇਹ ਆਪਣੇ ਡਾਕੂਮੈਂਟ ਲੈ ਕੇ ਤੁਸੀਂ ਕਿਸੇ ਵੀ ਚੰਗੇ ਕੰਸਲਟੈਂਟ ਦੇ ਦਫ਼ਤਰ 'ਚ ਜਾ ਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ